दीपे ने पठे कुदर के तेरे ताए दी चाह लेके जाना। बलविंदर का पेपर है, ओदी तां अगे तैयारी नहीं हुई, है नहीं इन्हां को वेल। जाओ तुसी, किथे धुप च तुरियां फिरदियां। बनवाला रखड़ी, एक मिनट लगूगा। वीरे बलविंदर रखड़ी बनाला देखी, कितना चिर लग जूगा। भैने कल मेरा पेपर है, जमा तैयारी नहीं हुई, फेल हो जूं जे ना पढ़िया।
ਜੀ ਨੂੰ ਤਾਂ ਹੁਣ ਰੱਬ ਯਾਦ ਨਹੀਂ ਪਹਿਲਾਂ ਜੇਠ ਜੀ ਨੂੰ ਲੁੱਤੇ ਲਾ ਕੇ ਆ ਵਿਹੜੇ ਚ ਕੰਧ ਕੜਵਾਤੀ ਤੇ ਆ ਹੁਣ ਕੁੜੀਆਂ ਦੇ ਬਾਤ ਪੈ ਗਏ ਨਾ ਕੀ ਹੋ ਜਾਂਦਾ ਜੇ ਜਵਾਕੜੀਆਂ ਰੱਖੜੀ ਬੰਨ ਦਿੰਦੀਆਂ ਤਾਂ ਉੱਤੋਂ ਆ ਮੁੰਡਿਆਂ ਨੇ ਵੀ ਹੱਦ ਲਾਤੀ ਅਸਲ ਚ ਗਲਤੀ ਤਾਂ ਮੇਥੋਂ ਹੀ ਹੋ ਗਈ ਕਰਮੋ ਮੈਂ ਹੀ ਕਿਤੇ ਪਿੰਡ ਚ ਇੱਕ ਦੋ ਬੰਦਿਆਂ ਨੂੰ ਕਹਿ ਬੈਠਿਆ ਵੀ ਬਾਈ ਨੇ ਮੇਰੇ ਨਾਲ ਕਾਣੀ ਵੰਡ ਕੀਤੀ ਹੈ ਦੀਪਾ ਤਾਂ ਉਸੇ ਦਾ ਗੁੱਸਾ ਕਰੀ ਬੈਠਾ ਹੈ ਨਾ ਇਹ ਚ ਗੁੱਸਾ ਮੰਨਣ ਵਾਲੀ ਕਿਹੜੀ ਗੱਲ ਹੈ ਤੁਸੀਂ ਜੀ ਜੋ ਕਿਹਾ ਉਹ ਸੱਚ ਹੀ ਕਿਹਾ ਝੂਠ ਕੀ ਹੈ ਚੱਲ ਛੱਡ ਹੁਣ ਕਰਮੋ ਕੀ ਫਾਇਦਾ ਹੁਣ ਇਹਨਾਂ ਗੱਲਾਂ ਦਾ ਐਵੇਂ ਕਾਹਨੂੰ ਮਨ ਦੁਖੀ ਕੀਤਾ ਹੈ ਉਹ ਪੁੱਤ ਤੁਸੀਂ ਕਿਉਂ ਮੂੰਹ ਜਾ ਸਜਾਈ ਬੈਠੇ ਹੋ ਹੈ ਦੋ ਫੁੱਲ ਟੁੱਟਣ ਨਾਲ ਬਾਗ ਖਾਲੀ ਨਹੀਂ ਹੋ ਜਾਂਦੇ ਦੁਨੀਆ ਤੇ ਰਾਣਕਾਂ ਲੱਗੀਆਂ ਹੀ ਰਹਿਣੀਆਂ ਨੇ ਚਲੋ ਮੇਰਾ ਸ਼ੇਰ ਪੁੱਤ ਮੈਂ ਰੋਟੀ ਲੈ ਕੇ ਆਉਂਦੀ ਹਾਂ कौन ना कि हाल हाल कर दिया फिर दिया ने अस तो चुनिया भी ला दिया कुड़ियां कुड़ियां वांगू रहना चाहिए सारा पिंड सिर ते जग रखे है कल नू सहरे जाऊंगी उठे की करूंगी आ जा आप देव देख करी शुक्र है बेबी चली गई नहीं तो सानू कारी छड़ के आना सी दादी नू तक काम ही नहीं और कोई गरीबना जा बेचारा जेड़ा रब भुख दिंदा ओ दाने भी दिंदा भैणे ना दाने खरीदन वास्ते भी ता पैसे चाहिदे हुंदे ने हां पैणे आपे जरिए बन जांदे आ एक है रब दा नेक बंदा जेड़ा हर महीने मेनू पैसे देके जांदा एहो जे बेसहारा बुजुर्गां दा चुल्ला चलाउण ले ते वीरे गोड़ाली कच काई की नहीं आले हां ओ नहीं आई वीरे सियाल आ गया कद लेके आउणी मैं क्या सी कहना नहीं मानदे छेदी मंगा दी आजूगी भाई आजू अच्छा अच्छा चौथी नु मेरे वीरे दा विआह ਤੁਹਾਡੇ ਚੋਂ ਕੌਣ ਕੌਣ ਆਊਗੀ ਵੋਟੀ ਵੇਖਣ ਆਪਾਂ ਸਾਰੀਆਂ ਹੀ ਆਵਾਂਗੀਆਂ ਆਹੋ ਸਾਡੇ ਬਿਨਾਂ ਲਾ ਲੇਂਗੀ ਤੂੰ ਉੱਥੇ ਰੌਣਕਾ ਲੈ ਬੇਬੀ ਨੂੰ ਤਾਂ ਮੈਂ ਪਹਿਲਾਂ ਹੀ ਦੱਸਦਾ ਸੀਗਾ ਮੈਂ ਤਾਂ ਕਾਦੀ ਤਿਆਰੀ ਖਿੱਚੀ ਬੈਠੀ ਆ ਸਾਡੀ ਭਾਬੀ ਤਾਂ ਬਾਹਲ ਹੀ ਸੋਹਣੀ ਆ ਜਮਾਈ ਐਕਟਰਨੀਆਂ ਵਰਗੀ ਆ ਸਾਡੇ ਪਿੰਡ 'ਚ ਤਾਂ ਐਡੀ ਸੋਹਣੀ ਕੋਈ ਹੋਣੀ ਨਹੀਂ ਪੰਜ ਟੈਚੇ ਆਏ ਨੇ ਇੱਕ ਪੇਟੀ ਹੈ ਭਰੀ ਪਈ ਹੈ ਪੰਜ ਸੂਟ ਤਾਂ ਮੇਰੇ ਲਈ ਨੇ ਚੱਲ ਦੇਖੀ ਹੁਣ ਮੂੰਹ ਤਾਂ ਦਿਖਾ ਦੇ ਠਹਿਰ ਜਾ ਗੁੱਡੀ ਭਾਬੀ ਤਾਂ ਇੱਥੇ ਹੀ ਹੈ ਇਹਨੇ ਕਿਹੜਾ ਮੁੜ ਜਾਣਾ ਹੈ ਤੁਮੋਂ ਵੇਖ ਵੀ ਲੈਣ ਦੇ ਹੁਣ
ਹੁਣ ਪੜੋਈਏ ਨੂੰ ਰੂੜੀ ਮਾਰ ਕੇ ਪਿਆਉਂਗੇ ਤੁਹਾਨੂੰ ਮੈਂ ਇਹਦੇ ਵਾਲਾ ਲੱਗਦਾ ਓਏ ਓਏ ਕੱਢ ਓਏ ਆਪਣੀ ਬਲੈਤੀ ਇਹਨੂੰ ਵਿਸਕੀ ਕਹਿੰਦੇ ਨੇ ਸੁਣਦੇ ਹੋ ਦੇਸੀਓ ਐਵੀਂ ਚਾਰ ਜਮਾਤਾਂ ਪੜਨ ਨਾਲ ਕੋਈ ਖੱਬੇ ਖਾਨ ਨਹੀਂ ਬਣ ਜਾਂਦਾ ਖਾਨਦਾਨੀ ਚਾਹੀਦੀ ਹੈ ਖਾਨਦਾਨੀ ਉਹ ਕਿਹੜਾ ਪਿੰਡ ਹੈ ਤੇਰਾ ਬੋਲਦਾ ਨੀ ਨਰਾਇਣਗੜ੍ਹ ਹੈ ਜੀ ਨਰਾਇਣਗੜ੍ਹ ਉਹ ਜਿਹੜਾ ਮਲੋਹ ਕੋਲੇ ਹੈ ਇਹ ਬਾਠਾ ਵਾਲਾ ਸਰਦਾਰ ਨਾ ਸਾਰੇ ਇਲਾਕੇ ਨੂੰ ਜਾਣਦਾ ਹੈ ਉਹ ਤੁਹਾਡੇ ਪਿੰਡ ਦੇ ਸਰਪੰਚ ਹਰਜਨ ਸਿੰਘ ਨੂੰ ਵੀ ਜਾਣਦਾ ਮੈਂ ਪਰ ਸਰਦਾਰੀ ਨੀ ਸਾਂਭੀ ਗਈ ਇਹਨਾਂ ਲੋਕਾਂ ਤੋਂ ਸਰਦਾਰੀ ਸਾਂਭਣੀ ਖਾਨਦਾਨੀ ਲੋਕਾਂ ਦਾ ਕੰਮ ਹੁੰਦਾ ਕੱਢ ਉਹ ਮੁੰਡਿਆ ਮੇਰਾ ਨਵਾਂ ਅਸਲਾ ਪਾਈਏ ਦੋ ਪਟਾਕੇ ਤਾਂ ਕਿ ਪਿੰਡ ਚ ਪਤਾ ਚੱਲੇ ਕਿ ਬਾਠਾ ਵਾਲਾ ਸਰਦਾਰ ਆਪਣੇ ਸਾਰੀ ਵਿਆਹ ਤੇ ਆਇਆ ਦੇਖੋ ਫਿਰ ਬਾਠਾ ਵਾਲੇ ਸਰਦਾਰ ਦੀ ਸਰਦਾਰੀ ਹੈ ਪਤਾ ਨੀ ਕੀ ਫਸ ਗਿਆ ਇਹਦੇ ਚ ਜਦੋਂ ਚੱਲਦੀ ਹੈ ਨਾ ਪਟਾਕੇ ਬਹੁਤ ਪਾਉਂਦੀ ਹੈ ਜੰਬਲਪੁਰ ਆਰਡੀਨੈਂਸ ਹੈ ਅੰਗਰੇਜ਼ੀ ਸਿੱਖ ਲੋ ਮੈਂ ਹੁਣੀ ਚਲਾ ਕੇ ਦਿਖਾਉਣਾ ਇਹਨਾਂ ਨੂੰ ਚਲਾ ਲੇਗਾ ਚੱਲ ਗਈ ਘੋੜੀ ਤੇ ਰਫਲ ਅਣਜਾਣ ਬੰਦਿਆਂ ਕੋ ਉਪਰਾ ਕਰ ਜਾਂਦੀ ਆ ਸਮਝ ਗਿਆ ਪੜੇ ਇਹ ਭਾਬੀ ਸੱਚੇ ਜੰਤੂ ਹੀ ਹੈ ਹਾਂ ਪੁੱਤ ਨਿੱਕੀ ਲੈ ਦੱਸ ਕੀ ਪਤਾ ਕਿਹਦੀ ਜੀ ਪਾ ਚੱਲ ਬਾਹਰ ਆ ਤੂੰ ਚੱਲ ਪੁੱਤ ਨਿੱਕੀ ਪਤਾ ਨਹੀਂ ਕਿਹਦੀ ਜੀ ਪਾ ਪੁੱਤ ਤੂੰ ਨਾ ਬਾਹਰ ਆ ਆ ਜਾ ਪੁੱਤ ਅੱਜ ਇੱਦਾਂ ਥੋੜੀ ਕਰੀ ਤਾਂ ਜੇ ਖਰਾਬ ਹੋ ਜਾਂਦੀ ਵੀਰੇ ਵਿੱਦਿਆ ਪੜ੍ਹਾਈ ਦੀ ਸੌ ਲੱਗੇ ਮੈਂ ਟੀ ਨਹੀਂ ਵਜਾਈ ਕੋਈ ਗੱਲ ਨਹੀਂ ਆਪੇ ਵੱਜ ਗਈ ਹੋਣੀ ਮੈਨੂੰ ਲੱਗਦਾ ਸੁੱਚ ਲੱਗੀ ਰਹਿ ਗਈ ਸੀ ਜੁੱਤੀ ਕਿੱਥੇ ਆ ਤੇਰੀ ਗੱਡੀ ਵਿੱਚ ਨਿੱਕੀ ਚੱਲ ਹੁਣ ਫੇਰ ਵਜਾਉਣੀ ਆ ਨਹੀਂ ਸਾਡੀ ਨਾ ਜੁੱਤੀ ਰਹਿ ਗਈ ਸੀ ਓ ਉਹ ਬੱਲੇ ਬੱਲੇ ਮਾਸੀ ਬੱਲੇ ਬੱਲੇ ਸਤਿ ਸ੍ਰੀ ਅਕਾਲ ਮਾਸੀ ਸਤਿ ਸ੍ਰੀ ਅਕਾਲ ਆਹ ਮੱਥਾ ਟੇਕਦਾ ਮਾਸੀ ਚਾਚੀਕਾਲ ਪੁੱਤ ਡੋਲੂ ਚ ਕੀ ਹੈ ਬੱਬੇ ਆ ਦੇਖ ਮੈਂ ਸੰਤਰੇ ਦੀਆਂ ਗੋਲੀਆਂ ਲਿਆਂਦੀਆਂ ਬਾਣੀ ਦੀ ਹੱਟ ਤੋਂ ਆਈ ਸੈਰੀ ਪੈਣੀ ਆ ਮਾਸੀ ਜਿਉਂਦੀ ਰਹਿ ਭਾਈ ਪੁੱਤ ਸੁਹਾਗਣ ਹੋਵੇਂ ਤੇਰੇ ਵੀਰ ਇੰਨੀ ਠੰਡ ਚ ਸਵੇਰੇ ਸਵੇਰੇ ਕਿੱਧਰ ਤੇ ਬੰਮੂਆ ਘਰੇ ਟਿਕਣ ਦਿੰਦੀਆਂ ਨੇ ਬਸ ਕਹਿੰਦੀਆਂ ਤੜਕੇ ਤੜਕੇ ਬੇਬੇ ਛੈਰ ਕਰਿਆ ਆ ਡੋਲੂ ਜਾ ਕਾਦਾ ਲਈ ਫਿਰਦੇ ਹੋ ਕਾਦਾ ਡੋਲੂ ਦੱਸਾਂ ਸਾਡੀ ਬੂਰੀ ਮੈਸ ਹੋਈ ਸੀ ਅੱਛਾ ਤੈਨੂੰ ਤਾਂ ਪਤਾ ਮੈਂ ਕਿੱਡੀ ਕਾਲੀ ਆ ਬਾਡੇ ਮੱਖੇ ਛੇਤੀ ਛੇਤੀ ਜਾ ਕੇ ਵਿਦਿਆ ਬਾਹਮਣੀ ਦੇ ਗੋਲੀ ਦੇ ਆਵਾਂ ਭਾਈ ਮੈਂ ਤਾਂ ਥੱਕ ਗਈ ਰਾਹ ਵਿੱਚ ਹਾਂ ਦੇਖੀ ਹੁਣ ਤਾਂ ਮੈਨੂੰ ਤੱਤਾ ਤੱਤਾ ਚਾਹ ਦਾ ਗਲਾਸ ਦੇ ਦੇ ਭਾਈ ਮਾਸੀ ਜੀ ਚਾਹ ਤਾਂ ਬਣੀ ਪਈ ਆ ਮੈਂ ਹੁਣੇ ਬਣਾਈ ਸੀ ਕਰਮ ਮਾਸੀ ਨੂੰ ਤਾਂ ਡੰਗ ਲੱਗੀ ਚਾਹ ਪਲਾ
ਹੋਰ ਮਾਤਾ ਸਿਹਤਾਂ ਠੀਕ ਨੇ? ਲੈ ਸਿਹਤਾਂ ਠੀਕ ਨੇ ਤਾਂ ਹੀ ਤਾਂ ਚੰਗੀ ਭਲੀ ਤੁਰੀ ਫਿਰਦੀ ਆ ਮੈਂ। ਤੱਤੀ ਹੈ ਕੋਈ ਨੀ ਭਾਈ, ਮੁਬਾਰਕਾਂ ਤੁਹਾਨੂੰ। ਚਪਾਰੋ ਨੇ ਤਾਂ ਮੁੰਡੇ ਦੀ ਪਖਠਾ ਕਰ ਲਈ ਹੈ ਨਾ। ਅੱਛਾ, ਪਰ ਸਾਨੂੰ ਤਾਂ ਪੂਰਾ ਨਹੀਂ ਪਤਾ ਮਾਸੀ ਜੀ। ਓਏ ਲੋੜਾ, ਤੁਹਾਨੂੰ ਜਮੇ ਨਹੀਂ ਪਤਾ? ਨਾ ਮਾਸੀ, ਸਾਨੂੰ ਤਾਂ ਬਾਈ ਨੇ ਜਮਾ ਹੀ ਬਗਾਨਾ ਕਰਤਾ, ਸਾਨੂੰ ਤਾਂ ਇਸ ਗੱਲ ਦੀ ਭਿਣਕ ਵੀ ਨਹੀਂ। ਸਾਨੂੰ ਮਾਸੀ ਜੀ ਕਿਹੜਾ, ਉਹ ਆਪਦਾ ਸਮਝਦੇ ਨੇ। ਹਾਏ ਚੰਦਰੀ, ਮੈਂ ਕਰਦੀ ਉਹਦੇ ਨਾਲ ਗੱਲ। ਨਿਚ ਬਾਰੋ ਉਹ ਮਾਸੀ, ਉਹ ਰਹਿਣ ਦਿਓ ਮਾਸੀ ਜੀ, ਮੈਨੂੰ ਗੱਲ ਤਾਂ ਕਰ ਲੈਂਦੇ ਹੋ। ਉਹ ਮਾਸੀ ਨਿਚ ਬਾਰੋ, ਬਸ ਦੱਸਣਾ ਹੀ ਸੀ ਮਾਸੀ ਜੀ, ਕੰਮਾਂ ਕਾਰਾਂ 'ਚ ਬਾਹਲੇ ਉਲਝੇ ਪਏ ਆ, ਨਾਲੇ ਉਹ ਕਿਹੜੇ ਬਗਾਨੇ ਨੇ, ਆਪਣੇ ਹੀ ਨੇ। ਨਾ ਗੱਲ ਸੁਣ, ਜੇ ਤੇਰੀ ਸੱਸ ਜਿਉਂਦੀ ਹੁੰਦੀ ਤਾਂ ਉਹਨੇ ਆਹ ਕੰਧ ਕੱਢਣ ਦੇਣੀ ਸੀ? ਹੁਣ ਭੈਣ ਤੋਂ ਬਾਅਦ ਮੇਰੀ ਜ਼ਿੰਮੇਵਾਰੀ ਹੈ, ਮੈਂ ਤੁਹਾਨੂੰ ਅੱਡ ਨਹੀਂ ਹੋਣ ਦੇਣਾ। ਨੀ ਤੁਹਾਡੇ ਬਾਬੇ ਦੀ ਦਸਾਂ ਪਿੰਡਾਂ 'ਚ ਇੱਜ਼ਤ ਸੀ, ਨਾ ਉਹਦਾ ਜਲੂਸ ਕੱਢਣਾ। ਭਾਈ ਉਹਨਾਂ ਨਾਲ ਬਣਦਾ ਸਰਦਾ ਵਿਹਾਰ ਕਰੋ। ਕੋਈ ਨਹੀਂ ਮਾਸੀ ਜੀ, ਮੈਂ ਭੇਜਦੀ ਹਾਂ ਸੱਦਾ, ਭੇਜਣਾ ਹੀ ਸੀ, ਕਾਲ ਜੀ ਹੋ ਗਈ। ਹਾਂਜੀ, ਤੁਸੀਂ ਦੱਸੋ ਭੈਣ ਜੀ। ਵੀਰੇ ਤੂੰ ਮੇਰੀ ਗੋੜਾ ਲਈ ਗੱਚਕ ਲੈ ਆਇਆ? ਆਓ ਆਓ ਸਰਦਾਰ ਜੀ। ਪਰਚੀ ਹਾਂ ਬਣੀ ਪਈ ਹੈ ਜੀ। ਪਰਚੀ ਮੈਂ ਕਿੱਥੇ ਰੱਖ ਬੈਠਾ, ਇੱਥੇ ਕਿੱਥੇ ਰੱਖ? ਆ ਲਓ ਆ ਪਰਚੀ ਤੁਹਾਡੀ ਬਣਾ ਕੇ। ਮੰਗੇ ਤੂੰ ਆ 300 ਰੁਪਏ ਰੱਖ, ਬਾਕੀ ਫੇਰ ਕਰਦੇ ਆ। ਮੈਨੂੰ ਜੱਗੀ ਹੁਣੀ ਡੀਕਦੇ ਆ ਤੇ ਫੇਰ ਕਰਦੇ ਆ। ਚੰਗਾ ਜੀ। ਬਜਾਲਾ ਬਜਾਲਾ ਬੁੱਗੇ, ਕੋਈ ਨਾ ਇੱਕ ਵਾਰ ਹੋਰ ਬਜਾਲਾ, ਜਵਾਕਾਂ ਦੇ ਖੇਡਣ ਨੂੰ ਲਵਾਈ ਆ ਇਹ। ਵੀਰੇ ਵਿੱਦਿਆ ਪੜਾਈ ਦੀ ਸੌ, ਮੈਂ ਟੀ ਨਹੀਂ ਬਜਾਈ। ਕੋਈ ਨਾ ਨਿੱਕੀ ਇੱਧਰ। ਓ ਇਹ ਨਹੀਂ ਅੜਦੀ, ਇਹ ਕੁੜੀ ਤਾਂ ਤੂਫਾਨ ਮੇਲਾ। ਬੱਚੀ ਬਹੁਤ ਪਿਆਰੀ ਆ ਜੀ, ਪਰ ਜਿਸ ਹਿਸਾਬ ਨਾਲ ਵਿੱਦਿਆ ਪੜਾਈ ਦੀ ਸੌ ਖਾਂਦੀ ਆ ਨਾ, 8ਵੀਂ ਨਹੀਂ ਟੱਪਦੀ। ਭੈਣਾ ਤੁਸੀਂ ਪੁੱਛਦੀਆਂ ਸੀ ਨਾ, ਇਹ ਉਹੀ ਸ਼ਖਸ ਆ ਜੋ ਬੇਸਹਾਰਾ ਬਜ਼ੁਰਗਾਂ ਦੇ ਚੁੱਲ੍ਹੇ ਬਾਲਦਾ। ਕਿਆ ਬਾਤਾਂ ਸਰਦਾਰ ਦੀਆਂ, ਭੱਟਾਈਓ ਰੱਬ ਨੇ ਭਾਗ ਲਾਏ ਨੇ। ਉਹ ਫਿਰ ਨਿਆਈ ਆੜੀ ਨੂੰ ਪਾਣੀ ਲਾਤਾ ਜੀ? ਹਾਂਜੀ ਹਾਂ, ਮੱਝਾਂ ਨੂੰ ਸੰਨੀ ਕਰਦੀ, ਮੈਂ ਨਾਲੇ ਮਾਰਦਾ ਇੱਕ ਦੋ ਦਿਨਾਂ 'ਚ ਪਟਿਆਲੇ ਗਿਆ। ਸਤਿ ਸ਼੍ਰੀ ਅਕਾਲ ਸਰਦਾਰ ਸਾਹਿਬ, ਘਰੇ ਹੀ ਹੋ? ਸਤਿ ਸ਼੍ਰੀ ਅਕਾਲ ਘਰੇ ਹੀ ਹੈ। ਸਤਿ ਸ਼੍ਰੀ ਅਕਾਲ ਭਾਈ। ਉਹ ਤੂੰ ਮਰ ਜਾਣੀ ਹੈ, ਸਕੂਲ ਨਹੀਂ ਗਈ? ਛੁੱਟੀਆਂ ਨੇ। ਲੈ ਤੈਨੂੰ ਕਾਹਦੀਆਂ ਛੁੱਟੀਆਂ ਪੈ ਗਈਆਂ? ਬੜੇ ਦਿਨਾਂ ਦੀਆਂ ਛੁੱਟੀਆਂ। ਹੋਰ ਸਰਦਾਰ ਸਾਹਿਬ, ਸਭ ਰਾਜੀ ਬਾਜੀ? ਅਸੀਂ ਤਾਂ ਰਾਜੀ ਬਾਜੀ ਹਾਂ ਰਾਜਿਆ, ਤੂੰ ਸੁਣਾ ਤਕੜਾ ਹੈ? ਹਾਂਜੀ, ਉਹ ਬੜੇ ਬੀਬੀ ਜੀ ਹੁਣਾ ਲੋ ਵਿਆਹ ਦਾ ਸੱਦਾ ਆ, 2 ਮਾਘ ਦਾ ਵਿਆਹ ਨਾ ਕਾਕੇ ਦਾ। ਸ਼ਾਬਾਸ਼ੇ, ਹੋਰ 2-4 ਦਿਨ ਠਹਿਰ ਕੇ ਆ ਜਾਂਦਾ ਭਾਈ। ਬਸ ਜੀ, ਸਾਨੂੰ ਤੇ ਜਿਵੇਂ ਹੁਕਮ ਹੋਇਆ। ਆਪਾਂ ਤੈਨੂੰ ਵੀਰੇ ਦੇ ਵਿਆਹ ਤੇ ਨਾ ਜਮਾ ਇਹ ਗੁੱਡੀ ਕਰਕੇ ਕੱਪੜੇ ਪਵਾਉਣੇ, ਠੀਕ ਹੈ? ਨਾ ਆ ਕੀ ਗੱਲ ਹੋਈ, ਆ ਕੋਈ ਤਰੀਕਾ ਹੈ ਵਿਆਹ 'ਚ ਸੱਦਣ ਦਾ? ਬਗਾਨਿਆਂ ਵਾਂਗੂ ਸੱਦਾ ਭੇਜਦਾ, ਸਾਰੇ ਪਿੰਡ 'ਚ ਬੂੰਦੇ ਵਾਲੇ ਲੱਡੂ ਵੰਡੇ ਨੇ। ਭੈਣ ਜੀ ਨੇ ਤਾਂ ਸੱਚੀ ਜਮੀ ਸ਼ਰਮ ਲਾ ਦਿੱਤੀ। ਨਾ ਭਾਬੀ ਜੋ ਹੈ ਸੋ ਹੈ, ਨਾ ਬਾਈ ਨੂੰ ਨਹੀਂ ਦਿੰਦਾ, ਉਹ ਜਮਾ ਹੀ ਅੰਨਾ ਹੋ ਗਿਆ। ਬਸ ਬਸ ਆਪਾਂ ਨਹੀਂ ਜਾਣਾ। ਗੁੱਡੀ ਭੈਣੇ, ਵੀਰੇ ਦੀ ਬਰਾਤ ਕਿਹੜੇ ਪਿੰਡ ਜਾ ਰਹੀ ਹੈ? ਚੁੱਪ। ਬਾਪੂ ਜੀ, ਕਿਹੜੇ ਪਿੰਡ ਜਾ ਰਹੀ ਹੈ ਵੀਰੇ ਦੀ ਬਰਾਤ? ਜਿੱਥੇ ਮਰਜ਼ੀ ਜਾਣੀ ਹੋਵੇ,
ਜਿਹੜੇ ਪਿੰਡ ਜਾਣਾ ਹੀ ਨਹੀਂ ਉਹਦਾ ਰਾਹ ਪੁੱਛ ਕੇ ਕੀ ਲੈਣਾ ਕਿਹੜੇ ਪਿੰਡ ਜਾਣੀ ਹੈ ਬਰਾਤ ਵੈਸੇ ਬਾਈ ਉਹ ਧੱਕੇ ਜਿਹੇ ਨਾਲ ਲੁੱਟ ਆ ਗਿਆ ਆਪਣਾ ਕੰਮ ਸ਼ਿਕਾਰ ਤਾਂ ਨਿਕਲ ਗਿਆ ਸੀ ਇੱਥੋਂ ਉਹ ਨਹੀਂ ਯਾਰ ਮੈਂ ਦੱਸਦਾ ਉਹ ਜਿਹੜਾ ਮਨਜਿੰਦਰ ਬਾਈ ਤੁਸੀਂ ਨਾ ਆਪ ਕਾਰਤੂਸ ਬਣਾਉਂਦੇ ਹੋ ਸਿੱਕਾ ਪਿਘਲਾ ਕੇ ਇਹ ਉਹਦੇ ਨਾਲ ਮਾਰ ਥੱਲੇ ਆ ਗਿਆ ਨਹੀਂ 12 ਬੋਰ ਨਾਲ ਮਰਨ ਵਾਲਾ ਹੈ ਨਹੀਂ ਸੀ ਇਹ ਉਹ ਵੈਸੇ 12 ਪੂਰਾ ਬੋਰ ਦੀ ਤਾਂ ਲੋੜ ਹੀ ਨਹੀਂ ਸੀ ਯਾਰ ਇੰਨੀ ਤਾਂ ਠੰਡ ਪਈ ਜਾਂਦੀ ਹੈ ਸ਼ਿਕਾਰ ਤਾਂ ਠੰਡ ਨਾਲ ਹੀ ਮਰ ਜਾਣਾ ਸੀ ਚੱਕ ਲਿਆਉਂਦੇ ਚਾਹੇ ਠੰਡ 'ਚ ਨਹੀਂ ਮਰਜ਼ੀ ਆ ਵੀਰੇ ਪਰ ਵੇਟ 'ਚ ਸ਼ਿਕਾਰ ਪਹਿਲਾਂ ਨਾਲੋਂ ਵੱਧ ਆ ਜਾਂਦਾ ਲੈ ਲਓ ਨਜ਼ਾਰੇ ਕਰਮ ਸਿਆਂ ਆਹੀ ਸਾਲ ਆ ਤੁਹਾਡੇ ਕੋਲ ਜਿਸ ਹਿਸਾਬ ਨਾਲ ਸਖਤਾਈ ਹੋ ਰਹੀ ਹੈ ਨਾ ਪਰਮਿਟ ਨਹੀਂ ਮਿਲਣੇ ਤੁਹਾਨੂੰ ਲੈ ਤੇਰੀ ਜਿੰਦ ਨੂੰ ਪਰਮਿਟਾਂ ਦੇ ਘਾਟੇ ਨੇ ਬੜੇ ਬੜੇ ਅਫਸਰਾਂ ਦੀ ਕੁੜੀਆਂ ਦੇ ਰਿਸ਼ਤੇ ਆਉਂਦੇ ਨੇ ਤੈਨੂੰ ਤੂੰ ਹਾਂ ਤਾਂ ਕਰ ਮੁੜ ਕੇ ਆਹੀ ਕੰਮਾਂ 'ਤੇ ਅਫਸਰਾਂ ਦੇ ਬੱਚਿਆਂ ਦੇ ਰਿਸ਼ਤੇ ਅਫਸਰਾਂ ਦੇ ਘਰ ਹੀ ਹੋਣੇ ਆ ਤਹਿਸੀਲਦਾਰ ਸਾਹਿਬ DSP ਸਾਹਿਬ ਨੇ ਆ ਬੀਬਾ ਜੀ ਦੀ ਫੋਟੋ ਪਟਿਆਲੇ ਤੋਂ ਖਾਸ ਖਿਚਵਾ ਕੇ ਭੇਜੀ ਹੈ ਵੇਖੋ ਤਾਂ ਸਹੀ ਕਹਿੰਦਾ ਮੈਂ ਹਲੇ ਵਿਆਹ ਨਹੀਂ ਕਰਾਉਣਾ ਨਹੀਂ ਵਿਆਹ ਤਾਂ ਕਰਾਉਣਾ ਜੀ ਪਰ ਇਹ ਮੇਰੇ ਦਿਲੋਂ ਨਹੀਂ ਲੱਗੀ ਕੋਈ ਗੱਲ ਨਹੀਂ ਕਾਕਾ ਜ਼ਿੰਦਗੀ ਤੈਂ ਗੁਜ਼ਾਰਨੀ ਹੈ ਤੇਰੇ ਨਾਲ ਕੋਈ ਧੱਕਾ ਨਹੀਂ ਹੋਏਗਾ ਮੈਨੂੰ ਕੋਈ ਫਰਕ ਨਹੀਂ ਪੈਂਦਾ ਕੁੜੀ ਡਿਪਟੀ ਦੀ ਹੈ ਜਾਂ ਕਲਰਕ ਦੀ ਬਸ ਕੁੜੀ ਸਾਊ ਹੋਵੇ ਤੇ ਬੰਦੇ ਖਾਨਦਾਨੀ ਹੋਣ ਜਦੋਂ ਇਹੋ ਜਿਹੀ ਕੁੜੀ ਦਿਲ ਨੂੰ ਲੱਗੇ ਤਾਂ ਦੱਸਦਾ ਵੀ ਯਾਰ ਮੈਨੂੰ ਤੇਰੇ ਨਹੀਂ ਪਤਾ ਲੱਗਦਾ ਐਡੀ ਸੋਹਣੀ ਕੁੜੀ ਸੀ ਮੈਂ ਕਦ ਕਿਹਾ ਵੀ ਸੋਹਣੀ ਨਹੀਂ ਸੀ ਫਿਰ ਜਵਾਬ ਕਿਉਂ ਦਿੱਤਾ ਉਹ ਨੇਰਾ ਪੂਰਾ ਸੋਹਣਾ ਹੋਣਾ ਹੀ ਥੋੜ੍ਹੀ ਸਾਰਾ ਕੁਛ ਹੁੰਦਾ ਦਿਲ ਨੂੰ ਵੀ ਲੱਗਣੀ ਚਾਹੀਦੀ ਆ ਯਾਰ ਤੇਰੇ ਦਿਲ ਨੂੰ ਲੱਗੀ ਆ ਕਦੇ ਕੋਈ ਤੈਨੂੰ ਯਾਦ ਆ ਜਦ ਆਪਾਂ ਕਾਲਜ ਜਾਂਦੇ ਹੁੰਦੇ ਸੀ ਇੱਕ ਪੁਲੀ 'ਤੇ ਬਿਮਾਰ ਜਿਹੀ ਕੁੜੀ ਬੈਠੀ ਹੁੰਦੀ ਸੀ ਤੈਨੂੰ ਦੇਖ ਦੇਖ ਕੇ ਵਿਚਾਰੀ ਨੇ ਨਾ ਅੱਖਾਂ 'ਚ ਟੀਰ ਪਾ ਲਿਆ ਪਰ ਤੂੰ ਉਹਦੇ ਕਦੀ ਨਹੀਂ ਚੱਕਿਆ ਹੋਰ ਤਾਂ ਹੋਰ ਆਪਣੇ ਆਰਟ ਡਿਪਾਰਟਮੈਂਟ 'ਚ ਵੀ ਨਾ 100 ਕੁੜੀ ਹੋਣੀ ਆ ਯਾਰ ਤੈਨੂੰ ਕੋਈ ਵੀ ਨਹੀਂ ਪਸੰਦ ਆਈ ਫਿਰ ਯਾਰ ਲੱਗੂ ਕਿਹੜੀ ਇੱਕ ਕੁੜੀ ਹੈ ਮੈਂ ਦੱਸਾਂ ਕੌਣ ਹੈ ਕੌਣ ਜਿਹੜੀ ਅੱਜ ਦੇ ਵਿਆਹ 'ਤੇ ਮਿਲੀ ਸੀ ਸਮਝ ਗਿਆ ਮੈਂ ਸਹੀ ਗੱਲ ਆ ਯਾਰ
ਜਿੰਨੀਆਂ ਜੱਗੀ ਤੂੰ ਕੁੜੀਆਂ ਗਣਾਈਆਂ ਨੇ ਨਾ ਉੱਪਰ ਉਹਦਾ ਭੋਲਾਪਣ ਇਹਨਾਂ ਸਾਰੀਆਂ ਨਾਲ ਅੱਡ ਸੀ। ਏ ਸ਼ਾਬਾਸ਼। ਚੱਲ ਫਿਰ ਰਾਜੂ ਨਾਲ ਗੱਲ ਕਰਨ ਚੱਲੀ। ਨਹੀਂ 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 ਰਾਜੂ ਨਾਲ ਨਹੀਂ ਗੱਲ ਕਰਨੀ ਆਪਾਂ। ਕਿਉਂ? ਤੈਨੂੰ ਕਿਉਂ ਲੱਗਦਾ ਵੀ ਆਪਾਂ ਨੂੰ ਰਾਜੂ ਨਾਲ ਗੱਲ ਕਰਨੀ ਚਾਹੀਦੀ ਹੈ? ਕਿਉਂ? ਆਪਾਂ ਰਾਜੂ ਦੇ ਵਿਆਹ 'ਤੇ ਗਏ ਸੀ, ਉਹਦੀ ਭੈਣ ਦੀ ਸਹੇਲੀ ਆ ਉਹ। ਇਸੇ ਗੱਲ ਕਰਕੇ ਮੈਂ ਨਹੀਂ ਚਾਹੁੰਦਾ ਵੀ ਰਾਜੂ ਦੇ ਦਿਲ 'ਚ ਕੋਈ ਇੱਦਾਂ ਦੀ ਗੱਲ ਜਾਵੇ। ਤੂੰ ਕੋਈ ਹੋਰ ਵਿਚੋਲਾ ਲੱਭ। ਫਿਰ ਇੱਕ ਬੰਦਾ ਹੈ। ਹਾਂਜੀ ਹਾਂਜੀ ਕਾਬਲ ਸੌਣ ਦੇ ਛੋਟੇ ਭਰਾ ਸੁੱਚਾ ਸੌਣ ਦੀ ਕੁੜੀ ਆ। ਆ ਸਾਡੇ ਕੋਲ ਖਾਤਾ ਹੈ ਉਹਨਾਂ ਦਾ। 2 ਕਿਲੋ ਮੋਠਾਂ ਦੀ ਦਾਲ ਪਾਈ ਆ, ਹਲਦੀ 2 ਬੱਤੇ, 1 ਪੈਕਟ ਸ਼ੋਕਰਾ ਸਾਬਣ, 1 ਨੀਲ ਦੀ ਡੱਬੀ, 8 ਤੇ 16 ਤੇ 64 ਬਣ ਗਿਆ ਤੁਹਾਡੇ। ਉਹ ਮੰਗਿਆ ਅਸੀਂ ਕੋਈ ਤੇਰੇ ਨਾਲ ਉਹਨਾਂ ਦਾ ਹਿਸਾਬ ਨਹੀਂ ਕਰਨਾ, ਅਸੀਂ ਤਾਂ ਕੁੜੀ ਬਾਰੇ ਪੁੱਛਣ ਆਏ। ਤੇ ਪੁੱਛਾ। ਆ ਮਨਜਿੰਦਰ ਬਾਈ ਨੂੰ ਉਹ ਕੁੜੀ ਬਹੁਤ ਪਸੰਦ ਹੈ। ਹਾਂ ਸਾਨੂੰ ਧੀਵੀਂ ਆਦਮੀ ਨੂੰ ਬਹੁਤ ਕੁੜੀ ਪਸੰਦ ਹੈ, ਕੁੜੀ ਹੈ ਬਹੁਤ ਚੰਗੇ। ਮੰਗਿਆ ਮੈਂ ਹਿਸਾਬ ਲਾਇਆ, ਤੈਨੂੰ ਗੱਲ ਸਮਝ ਬਹੁਤ ਛੇਤੀ ਆਉਂਦੀ ਹੈ। ਉਹ ਮੰਗੇ ਉਵੇਂ ਨੀ ਯਾਰ, ਮਨਿੰਦਰ ਬਾਈ ਨੇ ਵਿਆਹ ਕਰਾਉਣਾ ਉਹਦੇ ਨਾਲ। ਹਾਂ ਤੇ ਫੇਰ ਸੌਦਾ ਲਿਖਾਓ ਕੰਮ ਨਿਬੜੋ ਕਾ। ਓ ਯਾਰ ਸੌਦੇ ਦਾ ਕੀ ਕਰਨਾ ਅਸੀਂ, ਤੈਨੂੰ ਵਿਚੋਲਾ ਪਾਉਣਾ ਵਿੱਚ। ਅੱਛਾ ਜੀ ਮੋਰੀ ਦੀ ਅੱਟ ਚਵਾਰੇ ਨੂੰ ਲਾਉਣ ਨੂੰ ਫਿਰਦੇ ਆ। ਹਾਂ ਜੋੜੀ ਵੀ ਬਹੁਤ ਸੋਹਣੀ ਬਣਦੀ ਹੈ, ਬਾਈ ਹਾਲ ਦੇਖ ਕੇ ਲੱਗਦਾ। ਖੱਟ ਲਾ ਫਿਰ ਪੁੰਨ ਮੰਗਿਆ। ਤਾਂ ਸੁੱਚਾ ਸੋਹਣਾ ਮੇਰਾ ਕੋਈ ਲਿਹਾਜ ਨੀ। ਹਾਂ ਬੇਬੇ ਹਰਦੇਵ ਕੌਰ ਨੂੰ ਆਪਾਂ ਪੁੱਛ ਸਕਦੇ ਹਾਂ। ਇਹ ਕੌਣਾ ਹੁਣ? ਉਹ ਕੁੜੀ ਦੇ ਪਿਓ ਦੀ ਸਕੀ ਮਾਸੀ ਆ, ਤੇ ਟੱਬਰ ਚੋਂ ਉਹਦਾ ਕੋਈ ਕਹਿਣਾ ਨੀ ਮੋੜਦਾ, ਊ ਮੇਰਾ ਬਾਲਾ ਕਰਦੀ ਹੈ। ਅੱਛਾ ਫਿਰ ਤਾਂ ਬਣ ਗਈ ਗੱਲ ਬਾਈ। ਬਾਈ ਊ ਨਾ ਜਾਣੀ ਸਾਡੇ ਪਿੰਡ 'ਚ ਸਾਡੇ ਟੱਬਰ ਦੀ ਬਣੀ ਬਹੁਤ ਹੈ। ਤੂੰ ਆ ਜਾ ਆ ਜਾ ਜੱਗੀ, ਅੱਗੇ ਦੇ ਤਾਂ ਪੂਰੀ ਲੋਟ ਹੈ। ਅਬਾਲ ਅੰਦਰ ਕਰਦੇ 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 ਸੋਹਣਾ ਲੱਗੇ। ਦੇਖੀ ਤੂੰ ਆਪਣੀ ਤਾਂ ਮਾਤਾ ਨਾਲ ਬਣੀ ਬਹੁਤ ਹੈ, ਹੁਣ ਦੇਖੀ ਤੂੰ ਕਿੰਨਾ ਕਰਦੀ ਬੇਬੇ। ਬੇਬੇ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਪੈਰੀ ਪਹਿਨਾ ਬੇਬੇ। ਜਿਉਂਦਾ ਰਹਿ ਪੁੱਤ। ਸਤਿ ਸ਼੍ਰੀ ਅਕਾਲ ਮਾਤਾ ਜੀ। ਸਤਿ ਸ਼੍ਰੀ ਅਕਾਲ ਬੇਬੇ। ਚਾਹ ਦੀ ਖੇਚਲ ਨਾ ਕਰੀ, ਅਸੀਂ ਗੱਲ ਕਰਕੇ ਨਿਕਲ ਜਾਣਾ। ਜੱਗੀ ਬੈਠ ਆਪਣੇ ਘਰ ਆ, ਕੁਰਸੀ ਤੇ ਬੈਠ। ਤੂੰ ਬੈਠ ਜਾ ਪੁੱਤ। ਬੇਬੇ ਤੁਹਾਡਾ ਮੈਂ ਕੰਮ ਸਿਖਾਲਾ ਕਰਤਾ। ਅੱਛਾ ਹਾਂ ਇਹ ਜਾ ਕਿਹੜਾ ਕੰਮ ਕਰਦਾ ਵੀ ਤੂੰ ਮੇਰਾ? ਬੇਬੇ ਤੁਹਾਡੀ ਖਾਤਰ ਮੁੰਡਾ ਲੱਭ ਲਿਆ, ਮੇਰੇ ਖਾਤਰ ਮਰ ਜਾਣਾ। ਬੇਬੇ ਗੱਲ ਤਾਂ ਸੁਣਿਆ ਕਰ, ਤੁਹਾਡੀ ਖਾਤਰ ਨਹੀਂ ਸੁੱਚਾ ਸਿੰਘ ਦੀ ਕੁੜੀ ਖਾਤਰ। ਇਹ ਤਾਂ ਊ ਮੂੰਹ ਚੋਂ ਨਿਕਲ ਗਿਆ, ਐਵੇਂ ਜੇਕਰ ਮੇਰੇ ਚੋਂ ਖੂਨੀ ਨਿਕਲ ਗਈ। ਕੌਣ ਹੈ ਮੁੰਡਾ? ਮੈਂ ਵਿਚੋਲਾ। ਅੱਛਾ ਕੌਣ ਹੈ ਫਿਰ? ਹਾਂ ਪਿੰਡ ਦਾ ਹੀ ਆ। ਇਸੇ ਪਿੰਡ ਦਾ ਨਹੀਂ ਹੋਰ ਪਿੰਡ ਦਾ ਹੈ ਬੇਬੇ, ਪੂਰੀ ਗੱਲ ਤਾਂ ਸੁਣਿਆ ਕਰ। ਗੱਲ ਸੁਣ ਲੈ ਮੇਰੀ, ਮੁੰਡਾ ਭਾਵੇਂ ਹੋਵੇ ਇਸ ਪਿੰਡ ਦਾ ਭਾਵੇਂ ਉਸ ਪਿੰਡ ਦਾ, ਮੈਂ ਤੇਰੇ ਹੱਥੋਂ ਰਿਸ਼ਤਾ ਨਹੀਂ ਲੈਣਾ ਆਪਣੀ ਪੋਤੀ ਵਾਸਤੇ। ਭੱਜ ਜਾ ਤੂੰ, ਭੱਜ ਜਾ। ਮੰਗਿਆ ਤੁਹਾਡੇ ਪਿੰਡ ਦੀਆਂ ਬੁੜੀਆਂ ਚ ਬਾਲਾ ਜ਼ੋਰ ਆ ਓਏ, ਨਾਲੇ ਤੂੰ ਤਾਂ ਕਹਿੰਦਾ ਸੀ ਬੇਬੇ ਤੇਰਾ ਕਰਦੀ ਊ ਬਹੁਤ ਹੈ। ਕਰਦੀ ਓ ਆ, ਓਪਰਾ ਕਰਦੀ ਆ, ਮੈਂ ਕਿਤੇ ਦਾ ਹੇਰਵਾ ਕਰਦੀ ਆ। ਓ ਯਾਰ ਹੇਰਵੇ ਨੂੰ ਮੈਂ ਕੱਟੜੂਆ। ਨਾਲੇ ਜਦ ਤਾਂ ਤੂੰ ਕਹਿੰਦਾ ਸੀ ਓਏ ਤੁਹਾਡੀ ਪਿੰਡ ਚ ਬਣੀ ਊ ਬਹੁਤ ਹੈ। ਆ ਬਣੀ ਨੀ, ਬਣੀਓ ਆ, ਐਂ ਬਣਦੀ ਆ ਜਦ ਕਿਸੇ ਦੇ ਘਰ ਜਾਂਦੇ ਨੇ। ਓ ਮੰਗਿਆ ਮੈਂ ਤਾਂ ਕਹਿੰਦਾ ਰੱਬ ਤੁਹਾਡੀ ਐਂ ਹੀ ਬਣਾਈ ਰੱਖੇ। ਤੁਹਾਨੂੰ ਸਰਦਾਰਾਂ ਨੂੰ ਆਉਂਦੀਆਂ ਗੱਲਾਂ, ਅੱਠੇ ਗੋਡੇ ਨਾਲ ਜਦੋਂ ਸਾਈਕਲ ਚਲਾਉਣਾ ਪਊ ਨਾ ਤੁਹਾਨੂੰ, ਫੇਰ ਪਤਾ ਲੱਗੂ ਦੋਨਾਂ ਨੂੰ। ਜੱਗੀ ਮੰਗਾ ਹੈ ਯਾਰਾਂ ਦਾ ਯਾਰ। ਇਹ ਗੱਲ ਤਾਂ ਹੈ, ਯਾਰੀ ਪਿੱਛੇ ਤਾਂ ਇਹ ਕੁਰਬਾਨੀ ਵੀ ਦੇ ਦੂ। ਆਹੋ ਹੁਣ ਮੈਨੂੰ ਬੱਕਰਾ ਬਣਾਓ। ਲੈ ਇੱਧਰ ਫੜਾ, ਆ ਲੈ ਫੜ, ਤੂੰ ਦੇ ਲਾ ਸਿੱਕਾ। ਮੱਚਦਾ ਕਿਉਂ ਹੈ? ਉਹ ਬਾਈ ਮੇਰੀ ਸੁਣੋ ਗੱਲ, ਮੇਰੀ ਮਿਹਨਤ ਆ ਤੁਹਾਡੇ ਅੱਗੇ, ਮੇਰੀ ਬੇਵਸੀ ਆ, ਤੁਸੀਂ ਕੋਈ ਵਿਚੋਲਾ ਹੋਰ ਲੱਭ ਲਓ। ਐਂ ਕਿਵੇਂ ਨਹੀਂ ਜਾਣਾ? ਜਾਣਾ ਤਾਂ ਪਊਗਾ, ਤੁਹਾਡੇ ਪਿਓ ਦਾਦੇ ਦੀ ਇੱਜ਼ਤ ਬਣੀ ਹੋਈ ਹੈ, ਮਿੱਟੀ 'ਚ ਤਾਂ ਨਾ ਰੋਲੋ। ਚਲੇ ਤਾਂ ਜਾਈਏ ਮਾਸੀ ਜੀ, ਪਰ ਅੱਗੋਂ ਕੋਈ ਚਾਹੁੰਦਾ ਵੀ ਤਾਂ ਹੋਵੇ। ਮੈਂ ਦੋ ਲਾਉਂ ਤੇਰੇ। ਚੁੱਪ ਕਰ ਜਾ ਨੀ ਬਹੂ, ਕਿਵੇਂ ਬੋਲਣ ਲੱਗੀ ਹੈ? ਤੇਰੇ 3 ਧੀਆਂ ਨੇ, ਗਾਹ ਉਹਨਾਂ ਨੇ ਵੀ ਵਿਆਹ ਕਰਨੇ ਨੇ, ਕਿਹੜਾ ਰਿਸ਼ਤੇਦਾਰ ਆਊਗਾ? ਉਹ ਵੱਡਾ ਤਾਂ ਜਿਹੜੀ ਕਰਤੂਤ ਦਾ ਮਾਲਕ ਹੈਗਾ ਹੈਗਾ, ਤੂੰ ਤਾਂ ਸਿਆਣਾ ਬਣ, ਲੋਕਾਚਾਰੀ ਵੀ ਕੋਈ ਚੀਜ਼ ਹੁੰਦੀ ਹੈ ਪੁੱਤ। ਠੀਕ ਹੈ ਮਾਸੀ, ਕਿਸੇ ਨੂੰ ਤਾਂ ਲੋਕਾਚਾਰੀ ਦਾ ਧਿਆਨ ਕਰਨਾ ਹੀ ਪੈਣਾ, ਜੇ ਵੱਡਾ ਨਹੀਂ ਕਰੂ
ਤਾਂ ਛੋਟਾ ਕਰੋ। ਠੀਕ ਹੈ ਮਾਸੀ, ਅਸੀਂ ਜਾਵਾਂਗੇ। ਅਸੀਂ ਜਾਵਾਂਗੇ ਭੈਣੇ, ਆਪਾਂ ਕਿਹੜੇ ਸੂਟ ਪਾਵਾਂਗੇ ਆ? ਨਵੇਂ ਸਵਾਵਾਂਗੇ। ਹਾਂ ਚਲੋ, ਗਾਓ ਨੀ ਸੱਖਣਾ ਨੂੰ ਸਜਾਇਆ ਵੇ ਵੀਰਾ, ਲਾ ਕੇ ਫੁੱਲ ਕਲੀਆਂ ਤੇਰੇ ਸੇਰੇ ਨੂੰ ਸਜਾਇਆ ਵੇ ਵੀਰਾ, ਲਾ ਕੇ ਫੁੱਲ ਕਲੀਆਂ। ਬੀਜੀ ਕਿੰਨੇ ਕੁ ਵਜੇ ਤੱਕ ਮੁੜਿਆ ਬਰਾਤ ਭਲਾ? ਪੁੱਤ ਆਥਣੇ ਹੋ ਜਾਓ, ਕਵੇਲੇ ਤੱਕ ਹੀ ਹੋਣਗੇ। ਉਹ ਬਾਪੂ ਜੀ ਆਪ ਤਾਂ ਚਲੇ ਗਏ, ਸਾਨੂੰ ਲੈ ਕੇ ਨਹੀਂ ਗਏ। ਭਾਈ ਸਾਹਿਬ, ਪਿੰਡ 'ਚ ਸਾਡੀਆਂ ਤਿੰਨ ਪੱਤਲਾਂ ਬਣਦੀਆਂ।
चंगी तरह बिठा भी तेरा पेट कड़ोड़ी हो रहा। चल दे शगन। हाँ ठीक है, कमाइयां हो गया। चल मेरा शेर बबर, उड़ता उड़ता उड़ पा बीदी लत सक जानी है। अच्छा वे हरनेक सिंह, इस कुड़ी की जिम्मेवारी हूं तेरी है, हूं तू ही इसका प्यो। समझी अपनी सस की अकल नू अपने रब का हुक्म। एक जमा ही आम जा बंदा, हुण मैनू समझ नहीं आउंदी बई मैं इदां दे किहड़े कर्म कीते सी जो रब ने मैनू तूं बख्शी। बाली सोहनी है, चन्न दा टुकड़ा है। बधाइयां भैणे, बहुत बहुत बधाइयां। कैसी लगी ना राणी? मैं कहनी हाँ बाली सोहनी है, वेख के ही रज हो गया। बुरियां नजरां तो बचाई, आ खास करके चौणे तो। जा कांटो मटर मुटर कढ़ा, पुत भूआ दे नाल सब्जी बनाइए, जा मेरी ती। बीबी राणी है, मेरी एक गल सुन ला पुत। आ गवांढ ना मेरी दराणी का घर है, पर अपनी इन्हां नाल कोई सांझ नहीं। तू भी इन्हां नूं मूंह नहीं लाउणा। ते एक होर गल अपने पल्ले बन ला, मेरी इस शरीकनी दियां तीन कुड़ियां ने, ते जेठी सब तो बड़ी कलहणी है। आप ते आई हो, पिछे कुड़ियां दी फौज लैके आई, चाहे कुछ भी हो जाए तैं उन्हूं अपना मूंह नहीं दिखाउणा। जे तेरे मत्थे लागी ना, तेरे भी बीबो पक्का कुड़ियां ही होणगियां, मेरे तो लखाल है। मैनू तां आउंदी लोहड़ी तक ते इत्थों मुंडा ही चाहीदा है, लगी समझ? ते नाले एक गल होर, जे मैं तैनू उस कुड़ी नाल गल करदिआं देख लिया ना, तां तेरी गठड़ी बन के पेके तोड़ दूं, ते रब्बे तेरा चाचा कबीलदारियां ने जिठदा फिरूगा। नहीं नहीं बीजी, जिवें तुसीं कहोगे मैं उवें करांगे। बस पुत, इसे तरह बीबी धी बन के रवी, बड़ी चंगी है। प्रीति माड़ा जहा पानी पाई इत्थे। निम्मू बस भी कर जा हुण, बथेरियां एडियां खुशलियां ने तू। हाँ पहला घट सोहनिया ने। ये सोहनिया तो गुड्डी दी भाभी दियां ने, गोरियां गोरियां परियां वर्गियां। तू देखियां कदे परियां एवें गल्लां मारी जानी है? सच्ची गल है, पिंड विच इन्नी सोहनी नूं नहीं होनी किसे दी। मोटियां अखां, लंबी धौण, जानी देखी जाओ। तू मत्थे बारे भी कहंदी सी कुछ?
ਪਾਪੀ ਸ਼ਕਲ ਦਿਖਾ ਦੇ, ਪਾਪੀ ਸ਼ਕਲ ਤਾਂ ਦਿਖਾ ਦੇ। ਤੂੰ ਜਾ, ਘਰੋਂ ਕਢਵਾਏਂਗੀ ਮੈਨੂੰ। ਪਾਪੀ ਅੱਜ ਤਾਂ ਘਰੇ ਵੀ ਨਹੀਂ ਹੈਗਾ ਕੋਈ। ਹਾਏ ਪਾਪੀ, ਤੇਰੇ ਹੱਥ ਕਿੰਨੇ ਸੋਹਣੇ ਨੇ। ਲੋ ਦੱਸ ਪਾਪੀ, ਹੱਥ ਤਾਂ ਦਿਖਾ ਦੇ। ਚੱਲ ਦੋ ਉਂਗਲੀਆਂ ਦਿਖਾ ਦੇ। ਪਾਪੀ ਦਿਖਾ ਦੇ। ਜਾ ਪਾਪੀ, ਗੱਲੇ ਇੱਧਰ ਲੈ, ਹੱਥ ਦਿਖਾ ਦੇ। ਲੋ ਦੱਸ ਪਾਪੀ, ਹੱਥ ਤਾਂ ਦਿਖਾ ਦਿੰਦੀ। ਅੱਖਾਂ ਦੇਖ ਕਿੱਡੀਆਂ ਮੋਟੀਆਂ ਮੋਟੀਆਂ ਨੇ। ਮੈਨੂੰ ਕੁੜੀਆਂ ਕਹਿੰਦੀਆਂ ਸੀ ਵੀ ਮੇਰੀ ਭਾਬੀ ਦੀਆਂ ਅੱਖਾਂ ਨਾ ਮੋਟੀਆਂ ਮੋਟੀਆਂ ਨੇ। ਮੈਨੂੰ ਲੱਗਦਾ ਮੇਰੀ ਭਾਬੀ ਇਹੋ ਜਿਹੀ ਹੋਊ। ਵੀਰੇ ਦੁਬਾਰਾ ਦਿਖਾਈ ਦੁਬਾਰਾ। ਹਾਏ, ਇਹਦਾ ਨੱਕ ਦੇਖ ਕਿੱਡਾ ਤਿੱਖਾ। ਕੁੜੀਆਂ ਕਹਿੰਦੀਆਂ ਸੀ ਵੀ ਮੇਰੀ ਭਾਬੀ ਦਾ ਨੱਕ ਤਿੱਖਾ ਵਾਲਾ। ਮੈਨੂੰ ਲੱਗਦਾ ਮੇਰੀ ਭਾਬੀ ਇਹਦੇ ਵਰਗੀ ਹੋ। ਹੁਣ ਇਹਦੇ ਕੰਨ ਤੇਰੀ ਭਾਬੀ ਵਰਗੇ ਹੋਣੇ ਆ, ਹਨਾ? ਹੈ, ਫਿਰ ਤਾਂ ਮੇਰੀ ਭਾਬੀ ਜਮਾਂ 25 ਰੁਪਏ ਵਾਲੀ ਗੁੱਡੀ ਵਰਗੀ ਹੋ, ਜਿਹੜੀ ਮੇਲੇ 'ਚ ਮਿਲਦੀ ਆ। ਸਾਡੇ ਨਾਲ ਸੋਹਣੀ ਹੁੰਦੀ ਆ। ਕਿੰਨੀ ਸੋਹਣੀ ਆ ਉਹ ਨਿੰਮੋ। ਮੈਨੂੰ ਨਹੀਂ ਲੱਗਦਾ ਵੀ ਮੇਰੀ ਭਾਬੀ ਨਾਲੋਂ ਸੋਹਣੀ ਇਸ ਪਿੰਡ 'ਚ ਹੋਊ ਕੋਈ। ਨਾ, ਚੁੱਪ ਕਰੋ ਜਵਾਕੋ। ਨਹੀਂ, ਉਂਝ ਭਾਬੀ ਤਾਂ ਤੇਰੀ ਵੀ ਮਾੜੀ ਨਹੀਂ, ਹੁਣ ਤੇਰੀ ਵੀ ਹੀ 'ਚ ਤਾਂ ਉਹੀ ਹੋ ਸਭ ਤੋਂ ਸੋਹਣੀ। ਨਹੀਂ, ਤੈਨੂੰ ਕਿਵੇਂ ਪਤਾ ਤੇਰੀ ਭਾਬੀ ਇੰਨੀ ਸੋਹਣੀ ਹੈ? ਦੇਖੀ ਹੈ ਨੀ, ਐਵੇਂ ਬੋਲੀ ਜਾਂਦੀ ਹੈ। ਤੈਨੂੰ ਪਤਾ ਤੇਰੀ ਭਾਬੀ ਨਾ ਟੀਰੀ ਆ, ਟੀਰੀ ਚਾਕਦੀ ਕਿਤੇ ਹੁੰਦੀ ਆ ਤੇ ਗੱਲ ਕਿਤੇ ਹੋਰ ਕਰਦੀ ਆ। ਤੈਨੂੰ ਨਹੀਂ ਦੱਸਿਆ ਕਿਸੇ ਨੇ? ਬਾਪੂ ਹੈ ਨੀ, ਚਾਚਾ ਜੀ ਦੀ ਕਬੀਲਦਾਰੀ ਬਹੁਤ ਜ਼ਿਆਦਾ ਹੈ। ਮੇਰੀ ਮਾੜੀ ਜਿਹੀ ਗਲਤੀ ਨਾਲ ਬੀਜ ਨੇ ਮੈਨੂੰ ਘਰੋਂ ਬਾਹਰ ਕੱਢ ਦੇਣਾ। ਮੈਂ ਕਿੱਥੇ ਜਾਊਂਗੀ? ਮੈਂ ਨਹੀਂ ਦਿਖਾ ਸਕਦੀ। ਚੱਲ ਫਿਰ, ਤੂੰ ਇੰਨਾ ਹੀ ਦੱਸ ਦੇ ਤੂੰ ਕਿਹੜੀ ਅੱਖ ਤੋਂ ਟੀਰ ਮਾਰਦੀ ਆ। ਮੈਂ ਕਦੋਂ ਟੀਰ ਮਾਰਦੀ ਆ? ਦੇਖ ਭਾਬੀ, ਟੀਰ ਤਾਂ ਤੂੰ ਮਾਰਦੀ ਆ, ਮੈਨੂੰ ਨਿੰਮੋ ਨੇ ਦੱਸਿਆ। ਫਿਰ ਕੀ ਹੋ ਗਿਆ, ਟੀਰੀਆਂ ਕਿਹੜਾ ਵਸਦੀਆਂ ਨੇ? ਸਾਡੇ ਨਾ ਕਰਮਗੜ ਮੇਰੇ ਨਾਨਕੇ ਪਿੰਡ ਇੱਕ ਬਾਲਾ ਵਧੀਆ ਹਕੀਮ ਆ। ਦੇਖ, ਮੈਂ ਤੈਨੂੰ ਉਹ ਤੋਂ ਸੁਰਮਾ ਲਿਆ ਦੂੰ, ਤੂੰ ਫੱਕੀ ਮਾਰ ਲਈ, ਤੂੰ ਠੀਕ ਹੋ ਜਾਏਗੀ। ਸੁਰਮੇ ਦੀ ਫੱਕੀ? ਨਹੀਂ ਵੀ, ਜਾਂ ਤਾਂ ਉਹ ਸੁਰਮਾ ਦਊ ਜਾਂ ਫੱਕੀ ਮਾਰਨ ਨੂੰ ਕੁਛ ਦਊ, ਦੋਨਾਂ 'ਚੋਂ ਤੂੰ ਕਿਸੇ ਚੀਜ਼ ਦਾ ਵੀ ਕੁਛ ਵੀ ਕਰ ਲਈ ਤੂੰ ਠੀਕ ਹੋ ਜਾਏਗੀ, ਤੇਰਾ ਟੀਰ ਜਮਾਂ ਠੀਕ ਹੋ ਜੂ। ਕੁੱਟੀ, ਮੈਂ ਟੀਰ ਹੀ ਨਹੀਂ ਮਾਰਦੀ। ਨਹੀਂ ਬਾਬੀ, ਤਾਂ ਤੂੰ ਝੂਠ ਕਹਿੰਦੀ ਆ। ਦੇਖ, ਟੀਰ ਤਾਂ ਤੂੰ ਮਾਰਦੀ ਆ, ਮੈਨੂੰ ਸਹੇਲੀਆਂ ਝੂਠ ਥੋੜੀ ਬੋਲਣਗੀਆਂ। ਨਹੀਂ ਮਾਰਦੀ ਟੀਰ ਮੈਂ। ਬਾਬੀ, ਟੀਰ ਤਾਂ ਤੂੰ ਮਾਰਦੀ ਆ, ਮੈਨੂੰ ਦੱਸ ਦੇ ਫਿਰ ਕੀ ਹੋ ਗਿਆ। ਨਹੀਂ ਮਾਰਦੀ ਮੈਂ ਟੀਰ ਕੁੱਟੀ। ਬਾਬੀ, ਮੈਂ ਕਿਸੇ ਨੂੰ ਨਹੀਂ ਦੱਸਦੀ। ਦੇਖ, ਨਹੀਂ ਮਾਰਦੀ ਮੈਂ ਟੀਰ। ਬਾਬੀ, ਤੂੰ ਤਾਂ ਕਿੰਨੀ ਸੋਹਣੀ ਆ। ਕਿਸ ਨੂੰ ਦੱਸਾਂ ਨਹੀਂ ਵੀ ਮੈਂ ਚਿਹਰਾ ਦਿਖਾਇਆ। ਪਾਪੀ, ਤੂੰ ਕਿੰਨੀ ਸੋਹਣੀ ਨਾ। ਤੂੰ ਵੀ ਸੋਹਣੀ ਆ। ਚੱਲ, ਨਾ ਹੋਵੇ ਤਾਂ।
ਹੋਰ ਬੀਬਾ ਆਪਣੀ ਪ੍ਰੀਤ ਲਈ ਲੱਭਿਆ ਕੋਈ ਰਿਸ਼ਤਾ? ਬਸ ਭਾਬੀ ਲੱਭੀ ਜਾਂਦੇ ਹਾਂ, ਜਦੋਂ ਕੋਈ ਚੱਜ ਦਾ ਮੁੰਡਾ ਮਿਲ ਗਿਆ ਆਪਾਂ ਵਿਆਹ ਕੇ ਤੋਰ ਦੇਣੀ ਆ ਬਸ। ਹੋਰ ਅੱਜ ਕੱਲ੍ਹ ਰਿਸ਼ਤੇ ਲੱਭਣੇ ਕਿਹੜਾ ਸੌਖੇ ਨੇ। ਸਹੀ ਗੱਲ ਆ ਭਾਬੀ। ਹਾਂ ਸੱਚ, ਉਹ ਮੋਰਾ ਵਾਲੀ ਦੀ ਕੁੜੀ ਤਾਂ ਵਿਆਹ ਹੀ ਗਈ ਨਾ? ਹਾਂਜੀ ਭਾਬੀ ਜੀ, ਉਹਦਾ ਤਾਂ ਬਾਹਲਾ ਹੀ ਵਧੀਆ ਹੋ ਗਿਆ। ਤੁਹਾਨੂੰ ਤਾਂ ਪਤਾ ਹੀ ਹੈ ਨਾ, ਬਿਨਾਂ ਪਿਓ ਤੋਂ ਧੀਆਂ ਵਿਆਹਣੀਆਂ ਕਿਹੜਾ ਸੌਖੀਆਂ ਨੇ। ਉਹਦੇ ਚਾਚੇ ਨੇ ਵਿਚਾਰੇ ਨੇ ਮੂਹਰੇ ਹੋ ਕੇ ਕੀਤਾ ਸਾਰਾ ਕੁਛ, ਨਾਲੇ ਸਾਡੀ ਨਨਾਣ ਤਾਂ ਵਿਚਾਰੀ ਬਾਹਲੀ ਰੱਬ ਦੀ ਭਗਤ ਨਹੀਂ ਆ, ਨਾਲੇ ਜਦੋਂ ਦਾ ਸਾਡਾ ਨੰਦੋਈਆ ਪੂਰਾ ਹੋਇਆ ਉਹ ਤਾਂ ਬਸ ਸਾਰਾ ਦਿਨ ਰੱਬ ਦਾ ਨਾਂ ਹੀ ਜਪਦੀ ਰਹਿੰਦੀ ਆ। ਬਾਹਲੀ ਸਾਊ ਹੈ ਕੁੜੀ, ਕਿਹੜੇ ਪਿੰਡ ਵਿਆਹ ਤੇ? ਆਹੀ ਸਹੌਲੀ। ਸਹੌਲੀ? ਹਾਂ ਸਹੌਲੀ ਕਿਹਨਾਂ ਦੀ ਭੂਆ ਜੀ? ਉਹ ਕਾਬਲ ਸਿੰਘ ਪੰਚ ਦੇ ਮੁੰਡੇ ਨੇ ਵਿਆਹੀ ਆ। ਉਹ ਜਿਨ੍ਹਾਂ ਦਾ ਵਾਰ ਵਾਰ ਘਰ ਆ ਜੀ। ਹਾਂ ਦੱਸੋ ਜੀ, ਸਹੌਲੀ ਤਾਂ ਮੇਰਾ ਇੰਨਾ ਆਉਣ ਜਾਣਾ ਜੀ। ਹੋਰ ਕੀ, ਇੰਨੇ ਦੋਸਤ ਨੇ ਮੇਰੇ ਸਹੌਲੀ ਦੇ। ਅੱਛਾ, ਤੁਹਾਨੂੰ ਮਿਲਾ ਲਿਆ ਹੋਣਾ ਕੱਲ ਨੂੰ ਮੈਂ ਤਾਂ। ਇਹ ਤਾਂ ਪੁੱਤ ਬਾਹਲਾ ਹੀ ਵਧੀਆ ਹੋ ਗਿਆ, ਮੈਂ ਤਾਂ ਕਦੋਂ ਦੀ ਸੋਚਦੀ ਸੀ ਜਾਣ ਨੂੰ, ਪਰ ਸਾਡੇ ਤਾਂ ਕਿਸੇ ਕੋਲ ਟਾਈਮ ਹੀ ਕਿੱਥੇ, ਛੇਤੀ ਮਿਲਾ ਦੇ ਪੁੱਤ। ਬਾਕੀ ਟੱਬਰ ਕਿੱਥੇ ਆ ਸਾਰਾ, ਮੈਨੂੰ ਕੋਈ ਦਿੰਦਾ ਨੀ ਘਰ ਚ। ਮੰਮੀ ਜੀ ਬੀਜੀ ਚੌਂਕੀ ਭਰਨ ਗਏ ਨੇ, ਉਹ ਹਲੇ ਮੁੜੇ ਨੀ, ਤੇ ਬਾਪੂ ਜੀ ਕੋਈ ਟਰੈਕਟਰ ਦਾ ਸਮਾਨ ਲੈਣ ਨਾਭੇ ਗਏ ਨੇ। ਅੱਛਾ, ਇਹ ਦੋਵੇਂ ਭਾਈ ਖੂਤੇ ਨੇ। ਅੱਛਾ ਅੱਛਾ, ਹੋਰ ਸਭ ਠੀਕ ਆ? ਖੁਸ਼ ਤਾਂ ਰੱਖਦੇ ਨਾ ਤੈਨੂੰ? ਹਾਂਜੀ ਮੰਮੀ ਜੀ, ਬਥੇਰੀ ਖੁਸ਼ ਆ। ਅੱਛਾ, ਤੇਰੀ ਸੱਸ ਦਾ ਸੁਭਾਅ ਕਿੱਦਾਂ ਹੈ? ਪੀਜੀ ਦਾ ਸੁਭਾਅ ਬਹੁਤ ਵਧੀਆ ਹੈ। ਚੱਲ ਸ਼ੁਕਰ ਆ, ਕਦੇ ਨਹੀਂ ਟੋਕਦੇ। ਅੱਛਾ ਇੱਕ ਗੱਲ ਦੱਸ, ਤੇਰੇ ਚਾਚੇ ਸਹੁਰੇ ਨੂੰ ਦਿਖਦੇ ਨੇਗੇ, ਕਿੱਥੇ ਰਹਿੰਦੇ ਨੇ, ਅੱਡ ਰਹਿੰਦੇ ਕਿਤੇ? ਉਹ ਮਾਮੀ ਜੀ ਉਹ ਕੰਧ ਦੇ ਪਰਲੇ ਪਾਸੇ ਚਾਚਾ ਜੀ ਦਾ ਹੀ ਘਰ ਹੈ। ਅੱਛਾ ਅੱਛਾ, ਮੈਂ ਵੀ ਕਿਹਾ ਦਿਸਦੇ ਨੀ ਕਿਤੇ। ਲੈ ਚਾਚੀ ਕੋਲ ਵੀ ਕਿੱਥੇ ਚੱਲੀ ਆ ਕੁੜੀਏ? ਮੈਂ ਚੇਤੂ ਗੇਟ ਟਿਕਟ ਨਹੀਂ ਚੱਲੀ ਸੀ, ਬੀਜੀ ਨੇ ਭੇਜਿਆ ਲੌਂਗ ਲੈਣ। ਚੰਗਾ ਹੋਇਆ ਤੂੰ ਮੈਨੂੰ ਰਾਹ 'ਚ ਹੀ ਮਿਲ ਗਈ। ਆ ਲੌਂਗ ਨੂੰ ਪਿੱਛੋਂ ਲਿਆਈ, ਪਹਿਲਾਂ ਆ ਨਾ ਅਮਰੂਦ ਲੈ ਜਾ, ਅੱਧੇ ਤੁਸੀਂ ਰੱਖ ਲਿਓ ਤੇ ਅੱਧੇ ਤੇਰੇ ਤਾਏ ਨੂੰ ਦੇ ਦਿਓ। ਮੈਂ ਨਾ ਵਿਦਿਆ ਬਾਮਣੀ ਦੇ ਦੋਤੇ ਦੀ ਵਧਾਈ ਦੇ ਆਵਾਂ। ਬੇਬੇ ਜੀ ਉੱਧਰ ਤਾਂ ਬਾਪੂ ਜੀ ਨੇ ਜਾਣ ਨੂੰ ਮਨਾ ਕੀਤਾ। ਕਿਉਂ ਕੁੜੇ, ਤੇਰਾ ਬਾਪੂ ਨਾ ਜਾਵੇ, ਤੂੰ ਤਾਂ ਜਾ ਸਕਦੀ ਹੈ, ਤੇਰੇ ਤਾਏ ਦਾ ਘਰ ਹੈ। ਨਹੀਂ ਬਾਪੂ ਜੀ ਝਿੜਕਣਗੇ। ਲਫੋਟ, ਹੁਣ ਤੇਰਾ ਬਾਪੂ ਮੇਰੇ ਤੋਂ ਉੱਤੇ ਹੋ ਗਿਆ, ਉਹਨੂੰ ਕਹਿੰਦੀ ਬੇਬੇ ਨੇ ਕਿਹਾ, ਨਾਲੇ ਆ ਬੂਦਰੀਆਂ ਜੀ ਕੀ ਖਿਲਾਰੀ ਫਿਰਦੀ ਹੈ, ਛੱਤੇ ਜੀ ਲੈ ਝਾੜੂ ਜੀ ਨਾ ਹੋਵੇ ਤਾਂ। ਕਰਮੇ ਬਹੁਤ ਸਵਾਦ ਨੇ ਬਈ, ਕਿਹਨੂੰ ਪਤਾ ਸੀ ਵਿਚਾਲੇ ਆ ਕੰਧ ਹੋਊਗੀ, ਢਾ ਦਿੰਦੇ ਆ ਫਿਰ ਆਪਾਂ ਵੀ ਨਾ ਪੱਕਾ ਹੀ ਕਰੀ ਫਿਰਦੇ ਸੀ, ਅੱਜ ਭਰਜਾਈ ਦੇ ਦਰਸ਼ਨ ਕਰਕੇ ਜਾਣਾ। ਕੋਈ ਨਾ, ਉਹ ਟਾਈਮ ਵੀ ਆਊਗਾ। ਭਾਬੀ ਭਾਬੀ ਇਹ ਥੈਲਾ ਫੜ ਲਓ, ਬੇਬੇ ਜੀ ਨੇ ਅਮਰੂਦ ਭੇਜੇ ਨੇ। ਗੁੱਡੀ ਤੂੰ ਬਾਹਰ ਖੜੀ ਆਵਾਜ਼ਾਂ ਕਿਉਂ ਮਾਰ ਰਹੀ ਆ, ਅੰਦਰ ਆ ਜਾ। ਨਹੀਂ ਭਾਬੀ ਤੁਹਾਡੇ ਪ੍ਰਾਹੁਣੇ ਆਏ ਲੱਗਦੇ ਨੇ। ਕੋਈ ਨੀ ਹੈਗਾ, ਘਰੇ ਮੇਰੇ ਮੰਮੀ ਜੀ ਆਏ ਨੇ, ਅੱਜ ਮਿਲਾਉਂਦੀ ਆ। ਨਹੀਂ ਤਾਈ, ਤਾਈ ਜੀ ਗੁੱਸਾ ਕਰਨ। ਕੋਈ ਗੁੱਸਾ ਨਹੀਂ ਕਰੂਗਾ, ਕੋਈ ਹੈ ਹੀ ਨਹੀਂ ਤਾਂ ਘਰੇ। ਮੰਮੀ ਜੀ ਇਹ ਮੇਰੀ ਪਿਆਰੀ ਜੀ ਨਣਦ ਗੁੱਡੀ, ਇਹਨਾਂ ਦੇ ਚਾਚਾ ਜੀ ਦੀ ਕੁੜੀ। ਅੱਛਾ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਧੀਏ, ਹੋਰ ਸਭ ਖੈਰ ਸੁੱਖਾ? ਹਾਂਜੀ। ਸਾਡੀ ਨਾ ਬੈੜੀ ਸੂਈ ਆ, ਮੈਂ ਬੋਲੀ ਧਰੀ ਹੋਈ ਆ। ਮੈਂ ਤਾਂ ਹੁਣੇ ਤਾਂ ਆਈ ਆ, ਮਸਾ ਮਸਾ ਤਾਂ ਤੂੰ ਆਈ ਆ, ਥੋੜੀ ਦੇਰ ਬਹਿ ਜਾ। ਬੇਬੀ ਝਿੜਕੂਗੀ। ਪਰ ਮੈਂ ਖੀਰ ਧਰੀ ਆ। ਨਹੀਂ ਕੋਈ ਨਾ, ਮੈਂ ਬਾਅਦ ਚੋਂ ਖਾ ਲੂੰਗੀ ਆ ਕੇ। ਚੱਲੀ ਆ, ਮੈਂ ਖੀਰ ਦੇ ਕੇ ਆਈ। ਲੈ
ਨਹੀਂ ਨਹੀਂ ਮੰਮੀ ਜੀ ਇਹਦੀ ਕੀ ਲੋੜ ਆ ਫੜ ਪੁੱਤ ਰੱਖ ਲਈ ਮੰਮੀ ਨਹੀਂ ਮੰਮੀ ਜੀ ਤੁਸੀਂ ਆਏ ਮਿਲ ਨਹੀਂ ਬਹੁਤ ਸ਼ਗਨ ਦੇ ਨਾ ਤਾਂ ਬੰਦੇ ਹੀ ਨਹੀਂ ਮੰਮੀ ਜੀ 10 ਰੁਪਏ ਬਹੁਤ ਜ਼ਿਆਦਾ ਹੈ ਕੋਈ ਗੱਲ ਰੱਖ ਲੈ ਚੰਗਾ ਜਲਦੀ ਰਹਿ ਖੁਸ਼ ਰਹਿ चलो पाई हुण बुआ जी हाँ मनजिंदर ने थोड़े नाल गल करनी है इन्हें की गल करनी मेरे नाल होर मम्मी जी की चाहिदा जी साडी गुड्डी दा रिश्ता इन्ने वधिया मुंडे नाल हो जावे जिवें तुसीं कह रहे हो साडी गुड्डी दी तां किस्मत खुल जानी है चंगा धीए तू ही लग अगे तू ही बाने दी बचोलन नहीं मामी जी चाचा जी ना साड़ी बनती नहीं तो बीजी उन्होंने बिल्कुल पसंद नहीं करते बीजी ने तो मैं घरों कर देना फिर मैं कितने जाना मैं भई इन्हें तो नहीं मनना ਇਹਦੀ ਸੱਸ ਨੇ ਤਾਂ ਇਹਨੂੰ ਬਾਲੇ ਦਬਾ ਕੇ ਰੱਖਿਆ ਹੋਇਆ ਮਲੂਕ ਜੀ ਜਿੰਦਾ ਵਿਚਾਰੀ ਮੈਥੋਂ ਤਾਂ ਦੁਬਾਰਾ ਨਹੀਂ ਕਹਿ ਹੋਣਾ ਇਹ ਆਪਣੇ ਘਰ ਖੁਸ਼ ਰਵੇ ਬਸ ਇੰਨਾ ਹੀ ਬਹੁਤ ਆ ਪਰ ਭੂਆ ਜੀ ਕੋਈ ਨਾ ਕੋਈ ਵਿਚੋਲਾ ਤਾਂ ਪਾਉਣਾ ਹੀ ਪੈਣਾ ਨਾ ਉਹ ਤਾਂ ਇਹ ਵਿਚੋਲਾ ਕਿਹਨੂੰ ਪਾ ਲਈਏ ਰਿਸ਼ਤੇਦਾਰੀ ਦਾ ਮਾਮਲਾ ਏ ਮੈਂ ਤਾਂ ਜ਼ੋਰ ਵੀ ਨਹੀਂ ਪਾ ਸਕਦੀ ਪਰ ਭੂਆ ਜੀ ਕੋਈ ਰਾਹ ਤਾਂ ਹੋਊਗਾ ਕੋਈ ਨਾ ਦੇਖਦੀ ਹਾਂ ਤੇਰੀ ਮੇਰੀ ਇੱਕ ਜਿੰਦੜੀ ਬਲੀਏ ਤੇਰੀ ਮੇਰੀ ਇੱਕ ਜਿੰਦੜੀ ਸੋਹਣੀਏ ਤੇਰੀ ਮੇਰੀ ਇੱਕ ਜਿੰਦੜੀ ਬਲੀਏ ਤੇਰੀ ਮੇਰੀ ਇੱਕ ਜਿੰਦੜੀ ਸੋਹਣੀਏ ਹੋ ਤੇਰੀ ਮੇਰੀ ਇੱਕ ਜਿੰਦੜੀ ਬਲੀਏ ਤੇਰੀ ਮੇਰੀ ਇੱਕ ਜਿੰਦੜੀ ਸੋਹਣੀਏ ਤੇਰੀ ਮੇਰੀ ਇੱਕ ਜਿੰਦੜੀ ਬਲੀਏ ਹਾਂਜੀ ਭੂਆ ਜੀ ਸਤਿ ਸ਼੍ਰੀ ਅਕਾਲ ਭੂਆ ਜੀ ਸਤਿ ਸ਼੍ਰੀ ਅਕਾਲ ਜਿਉਂਦਾ ਰਹਿ ਰੱਬ ਤੇਰੀ ਲੰਬੀ ਉਮਰ ਕਰੇ ਅੱਛਾ ਮੇਰੀ ਗੱਲ ਸੁਣ ਉਹ ਆਪਣੇ ਪਿੰਡ ਦਾ ਨਰਿੰਜਨ ਸਿਓ ਨਾ ਬਾਈ ਹਾਂਜੀ ਇਹਦੇ ਸਾਲੇ ਦਾ ਆੜੀ ਆ ਸੁੱਚਾ ਸਿਓ ਉਹ ਕੁੜੀ ਦੇ ਪਿਓ ਦਾ ਨਾਂ ਸੁੱਚਾ ਸਿਓ ਹੈ ਨਾ ਹਾਂਜੀ ਹਾਂਜੀ ਬਸ ਫਿਰ ਬਣ ਗਈ ਗੱਲ ਆਪਾਂ ਉਹਨਾਂ ਦੇ ਵਿੱਚ ਪਾ ਕੇ ਗੱਲ ਕਰ ਲੈਨੇ ਆ ਅਗਲੇ ਸਾਲ ਕੁੜੀ ਵਿਆਹ ਲਿਆਉਣੀ ਹੈ ਠੀਕ ਹੈ ਨਾ ਕੋਈ ਗੱਲ ਨਹੀਂ ਕਾਕਾ ਜੀ ਮੈਂ ਤੜਕੇ ਹੀ ਜਾਉਣਾ ਸੁੱਚਾ ਸਿੰਘ ਨਾਲ ਤਾਂ ਮੇਰਾ ਬਹੁਤ ਪ੍ਰੇਮ ਹੈ ਉੱਚੇ ਨੀਵੇਂ ਦਾ ਕੋਈ ਮਸਲਾ ਨਹੀਂ ਬਸ ਬੰਦੇ ਖਾਨਦਾਨੀ ਹੋਣ ਤੇ ਕੁੜੀ ਸਾਊ ਹੋਵੇ ਬੰਦੇ ਚੰਗੇ ਨੇ ਮੰਗ ਕੇ ਰਿਸ਼ਤਾ ਲੈ ਰਹੇ ਨੇ ਸਾਨੂੰ ਸਾਡੀ ਧੀ ਦੀ ਖੁਸ਼ੀ ਤੋਂ ਇਲਾਵਾ ਹੋਰ ਕੁਝ ਨਹੀਂ ਚਾਹੀਦਾ ਭੈਣੇ ਰੱਬ ਦਾ ਖਾਣਾ ਵੀ ਮਲੱਕੇ ਦਾ ਹੁੰਦਾ ਨਹੀਂ ਪੁੱਤ ਰੱਬ ਵਾਲਾ ਗਾਨਾ ਥੋੜੀ ਮਲੱਕੀ ਦਾ ਇਹ ਤਾਂ ਸਾਰਿਆਂ ਦਾ ਸਾਂਝਾ ਹੁੰਦਾ
गुड्डिया पुत तू तैयार हो जा अपने घरे परौणिया ने आना है बापू जी आना किन्ने आ ओ पुत पहले तू तैयार ता हो जा जद आ जान के तेनु दस दूं नी करमो किथे है तू पड़े पड़े आता ला लो नहीं ये तो ला लिया सी ने लाया सी हो गया तैयार मेरा पुत है चल उठ पुत तेनु उड़ीक देने पड़े पड़े चूड़ी ते बिंदी ते ला लो चल ना जुत्ती पा ले बेबे मिन्नू कानू सजाई जाने हो कौन आया ओ पुत तेरे सौरे ने तेनु रोका करना आए ने चल आ जा कौन है वो मुंडा वो राजू वीरे दे व्याह ते आया था सी वो वीरा वो लंबे जे कद वाला तेनु ना कासे दा पता नहीं हुंदा ओही आ जेड़ा जीप च फिरदा रहंदा है पालो छेती छेती पढ़ बीजी तक की पता कदवा जाओ तू चिट्ठी पढ़ बेटा जज्जे नो कन्ना जान तो प्यारी गुड्डी चंगा ओते तू जाके खेड बुके गीटियां खेड ली चंगा उच्ची पढ़ हां जी पता नहीं है तीन मम्मा हाहे नो व्यारी दिलने उत्ते ला महीने दा वक्फा जो अपड़े वव्वे विद सियारी पाबी वक्फा की होया भला वक्फा मैंने समा जिवे किन्ना समा अच्छा जो अपने वव्वे नू सियारी हाहा व्याह विच कीवें लंगूगा मेरे दिन तेरी याद विच लंगदे ते रात तेरे सुसे नू ओंकड़ पप्पा नन्ने नू सियारी ऐड़ा कन्ना सुपनिया विच वाह प्राणे नंबर बना ले
मैं कई बार अपने आप नू पुछदा के उस कुड़ी विच अजेहा की है की आ? मेरी जिद ते एक एहसान करी मैं तो एक मिनट पाबी तो होर ही कुछ जे लिखया होया के न्याणे तू की पढ़ाई जाने आपा कुछ नहीं पढ़ो पढ़ो पालो तू पढ़ मेनू चिट्ठी च एह लिख के दसी के तू भी मेनू ऐसे तरह याद करती है तेरी चिट्ठी दे इंतजार च तेरा मन जिंदर एक मिनट मेनू लगता कोई आ गया पाबी हैगा कोई नहीं एमी पर लिखा लग गया मेरा साह ऊपर हो गया अच्छा आगे पढ़ पापी मेनू भी चिट्ठी लिखा दे देखी मैं भेजनी है चिट्ठी अच्छा ठीक है तू लिखी पापी लिखाई लिखा हाँ लिखा गुड मॉर्निंग ना पापी एहे नहीं नहीं एहे लिख लिख गुड मॉर्निंग पालो तो लिखा एक मिनट पालो तू रहन दे पापी नहीं तू पंजाबी च लिखा कुछ अच्छा पंजाबी च हाँ लिख सवेर दी सत श्री अकाल है ਇਹਦਾ ਮਤਲਬ ਇਹ ਸੀ ਕਿ ਗੋ ਨਾ ਗੋਡਾ ਮਾਰਨੀ ਦਾ ਮਤਲਬ ਸਵੇਰ ਦੀ ਸਤਿ ਸ੍ਰੀ ਅਕਾਲ ਮੈਂ ਗੋਡਾ ਮਾਰਨੀ ਨਹੀਂ ਸਵੇਰ ਦੀ ਸਤਿ ਸ੍ਰੀ ਅਕਾਲ ਆਏ ਨੇ ਬੱਚੂ चार तोले दा कड़ा ता उदन पा के गए आ दोष नील दे सूट होन दे गए प्यो ता तहसीलदार हैगा ही बीबी भी जगपालपुरी सरदारां दी धी आ ओ मुंडा बथेरा सोहना सनखा ओ बीबी कहे बगैर रह नहीं हुंदा कुड़ी है नहीं इहनां दी किसे काम दी जमा ही नहीं ते तुसी भी ता बिना सोचे विचारे हो ता रिश्ता कराता नहीं असी का तो कराता रिश्ता ले बीबी मैनू लगदा तेनू कुछ पता ही नहीं ताडी नूंह ही ते लंबड़दार नहीं बनी फिरदी है बिच किवें ताडी नूंह दे नानकियां दी रिश्तेदारी आ मुंडे वालियां दे नाल ए मैं तो पर भारी होके किवें चल पई इहनू तो मैं देनी आ तनासरी दुनियादारी बारे बहुत पता नहीं जवाकड़ी भाई साहब थोड़ी सारे टब्बर की रली भुगत है सानू की दीदा नहीं पता कर ਮੈਨੂੰ ਨਹੀਂ ਪਤਾ ਇਹ ਰਿਸ਼ਤਾ ਕਿੱਦਾਂ ਹੋਇਆ ਚਾਚਾ ਜੀ ਸਾਲ ਲੱਗੇ ਮੈਨੂੰ ਨਹੀਂ ਲੈ ਜਾ ਆਦੀ ਨੂੰ ਅਸੀਂ ਨਹੀਂ ਰੱਖਣੀ ਜਿਹੜੀ ਸੱਥ ਬਾਰੀ ਹੋ ਕੇ ਚੱਲੇ ਕੋਈ ਲੋੜ ਨਹੀਂ ਸਾਨੂੰ ਆਦੀ ਐਂ ਕਿਵੇਂ ਹੋ ਸਕਦਾ ਭੈਣ ਜੀ ਤੁਹਾਡੀ ਧੀ ਹੈ ਜੇ ਕੋਈ ਉੱਚਾ ਨੀਵਾਂ ਬੋਲਦੀ ਹੈ ਤੁਸੀਂ ਕੂਰ ਸਕਦੇ ਹੋ ਤੁਹਾਡਾ ਹੱਕ ਹੀ ਦੇ ਤੇ ਕਿਹੜੇ ਹੱਕ ਦੀਆਂ ਗੱਲਾਂ ਕਰਦਾ ਤੂੰ ਮੇਰੀ ਸਰੀਕਣੀ ਦੇ ਮੂਹਰੇ ਥੱਲੇ ਲਾ ਕੇ ਰੱਖਦਾ ਇਹਨੇ ਮੈਨੂੰ ਮੈਥੋਂ ਤਾਂ ਅੱਖਾਂ ਦੇ ਮੂਹਰੇ ਜਰੀ ਨਹੀਂ ਜਾਂਦੀ ਹੁਣ ਇਸ ਤੋਂ ਪਹਿਲਾਂ ਕਿ ਮੈਂ ਡੰਡਾ ਚੁੱਕ ਲਾ ਚਾਚਾ ਭਤੀਜੀ ਡੰਡੀ ਹੋ ਜਾਏ ਇੱਥੇ ਪਾਣੀ ਲਿਆ ਨਹੀਂ ਹੇਠਾਂ ਜਾਓ ਹੁਣ ਬਾਰਾਂ ਵਾਲੀ ਬੱਸ ਨਿਕਲ ਜਾਣੀ ਮੁੜ ਕੇ ਜੁਮਾ ਜੁਮਾ ਚਾਰ ਦਿਨ ਨਹੀਂ ਹੋਏ ਆਈ ਨੂੰ ਪਟਰਾਣੀ ਨੇ ਨਵੀਆਂ ਹੀ ਖੇਡਾਂ ਸ਼ੁਰੂ ਕਰਤੀਆਂ ਉਹਦੇ ਨਾਲ ਚਾਰ ਲਾਵਾਂ ਲਈਆਂ ਤੂੰ ਵੀ ਕੁਛ ਬੋਲ ਮੈਂ ਆਏ ਕਿਵੇਂ ਪਿੰਡ ਲੈ ਗਿਆ ਇਹਨੂੰ ਬੁੱਢੀ ਮੇਰੀ ਭੈਣ ਆ ਜੇ ਉਹਦਾ ਰਿਸ਼ਤਾ ਚੰਗੇ ਘਰ ਹੁੰਦਾ ਤਾਂ ਮੈਨੂੰ ਖੁਸ਼ੀ ਆ ਪਰ ਇਹਦਾ ਫਰਜ਼ ਨਹੀਂ ਸੀ ਕਿ ਮੈਨੂੰ ਦੱਸੇ ਪੁੱਛੇ ਪਰ ਇਹਨੇ ਇਹ ਕੰਮ ਮੈਥੋਂ ਚੋਰੀ ਕੀਤਾ ਹੁਣ ਤੁਸੀਂ ਮੈਨੂੰ ਦੱਸੋ ਚਾਚਾ ਜੀ ਜੇ ਬੰਦੇ ਦੀ ਘਰ ਵਾਲੀ ਬੰਦੇ ਤੋਂ ਬਾਹਰ ਹੀ ਹੋ ਕੇ ਚੱਲੇ ਤਾਂ ਬੰਦਾ ਕੀ ਕਰੇ ਜਾ ਕਾਕਾ ਕੰਮ ਕਰ ਆਪਣਾ ਤੇਰਾ ਬਾਪੂ ਡੀਕਦਾ ਹੋਊ ਬਾਕੀ ਫੈਸਲਾ ਤੁਹਾਨੂੰ ਬੀਜੀ ਨੇ ਦੱਸਤਾ
आ गई अकल टिकाने? अकल तो पहले टिकाने सी भैन जी। जे अपनी इस कुड़ी नूं मेरे घर वसाउणा ना उवें करना पऊगा जिवें मैं कहनी। हाँ भैन जी, जिवें तुसीं कहने उवें करूगी, तुहाडी हर गल मन्नूगी। इदां किद्दां मेरी दराणी मेरे हुंदिआं अपनी कुड़ी एडे वड्डे घर च विआह जे? मैं उहदा रिश्ता छडाउण लई किसे नूं भेजण लगी उत्थे। नसीब दा काम सिर्फ इह आ कि इहनूं कोई वी जणा कोई वी गल पुछे इहने सिर्फ हां च जवाब देणा। ये बहुत वड्डा पाप आ चाचा जी। मेरी मां ने मैनूं हमेशा सच दा साथ देना सिखाया। ते जा फिर, जाके रह अपनी मां कोल। खबरदार जे मेरी दिली ते पैर धरिया ते। नहीं नहीं भैन जी, जिवें तुसीं कहिंदे उवें करूगी, तुहाडी हर गल मन्नूगी जी। चाचा जी, मेरे तो यह काम नहीं होना। वो दो ही रूहां एक दूजे नूं सच्चे दिलों प्यार करदियां ने, उहनां नूं पछोड़िया रब कदे माफ नहीं करू। नसीब थी है, तू तो 5 साल दी सी जदों भाई इस दुनिया तो चला गया। इन्ने सालों में तैनू कदे बाप की कमी महसूस होण दित्ती? तैनू लग्या कदे कि मैं तेरा बाप नहीं हां? तैनू लग्या? बस थी है, इन्ने सालों की संभाल बदले तैथों एको चीज मंगता, पुत तोड़ लैण दे भैन जी दा रिश्ता, जिवें जिवें तेरी मां कहती उवें करी जा, जो कहती उही गल मन, अपने अपने बाप की गल मन ले पुत। भैन जी, जिवें तुसीं कहिंदे उवें करूगी, उवें करूगी। मैं उदां ही करांगी जिदां तुसीं कहिंदे हो चाचा जी। आ जा फिर। ਲੈ ਬੀਬੀ ਜੀ, ਇਹ ਤਾਂ ਕੋਈ ਔਖਾ ਕੰਮ ਹੀ ਨਹੀਂ। ਰਾਣੀ ਮੇਰੇ ਸਕੇ ਚਾਚੇ ਦੀ ਕੁੜੀ ਆ। ਦੱਸਿਆ ਉਹਨੇ ਮੈਨੂੰ ਕਈ ਵਾਰੀ, ਨਰੈਣਗੜ੍ਹ ਮੁੰਡੇ ਦੇ ਪਰਿਵਾਰ ਦੇ ਕਈ ਘਰ ਨੇ, ਕਈਆਂ ਘਰਾਂ ਦਾ ਕੰਮ ਤਾਂ ਉਹਨੇ ਸਾਂਭਿਆ। ਬੜੀ ਚੀੜੀ ਆ, ਮੈਂ ਕਹਿ ਆਉਂਦੀ ਉਹਨੂੰ। ਦੇਖਿਓ ਜਦ ਉਹਨੇ ਲਾਈ ਨਾ ਲੁੱਤੀ, ਤਹਿਸੀਲਦਾਰਨੀ ਤਾਂ ਫੱਟ ਰਿਸ਼ਤਾ ਤੋੜੂ। ਬਸ ਕਿਸੇ ਨੂੰ ਪਤਾ ਨਹੀਂ ਲੱਗਣਾ ਚਾਹੀਦਾ ਨਾ, ਗੱਲ ਤੇਰੇ ਮੇਰੇ ਚ ਰਹਿਣੀ ਚਾਹੀਦੀ। ਆਲਫੜ ਆ ਸੂਟ ਦੇ ਦੀ ਉਹਨੂੰ, ਤੇ ਆ ਤੇਰੇ ਲਈ ਸਵਾਲ ਵੀ ਹੁਣ। ਬਸ ਉਹਨੂੰ ਇਹ ਕਹਿ ਦੇ ਕਿ ਇਹੋ ਜਿਹੀ ਅੱਗ ਲਾਵੇ ਕਿ ਤਹਿਸੀਲਦਾਰ ਨਹੀਂ ਮੁੜ ਕੇ ਚੱਕੇ ਵੀ ਨਾ ਇੱਧਰ। ਸੋਚ ਸਮਝ ਕੇ ਗੱਲ ਕਰ ਰਾਣੀ, ਤੈਨੂੰ ਸਰਦਾਰ ਸਾਹਿਬ ਦੇ ਗੁੱਸੇ ਦਾ ਨਹੀਂ ਪਤਾ। ਬੀਬੀ ਜੀ, ਜਿਹਦੀ ਮਰਜ਼ੀ ਸੌਂਪਵਾ ਲਓ ਮੈਨੂੰ, ਇਹ ਗੱਲ ਬਿਲਕੁਲ ਸੱਚ ਆ। ਮੇਰੇ ਤਾਏ ਦੀ ਧੀ ਨਾ ਉਹਨਾਂ ਘਰ ਗੋਹਾ ਕੂੜਾ ਕਰਦੀ ਆ। ਉਹਨੇ ਕੱਲ ਆ ਕੇ ਦੱਸਿਆ ਮੈਨੂੰ ਵੀ ਕੁੜੀ ਦਾ ਚਾਲ ਚੱਲਣ ਨਾ ਬਹੁਤ ਖਰਾਬ ਆ। ਕਿਉਂ ਆਪਣੇ ਕਾਕੇ ਦੀ ਜ਼ਿੰਦਗੀ ਬਰਬਾਦ ਕਰਨ ਲੱਗੇ ਹੋਏ ਹੋ? ਸਰਦਾਰ ਜੀ, ਚੰਗੀ ਤਰ੍ਹਾਂ ਪੜਤਾਲ ਕਰ ਲੈ ਸਰਦਾਰਨੀਏ, ਕਿਤੇ ਲੋਕਾਂ ਦੇ ਸਾਹਮਣੇ ਆਪਾਂ ਤਮਾਸ਼ਾ ਨਾ ਬਣ ਜਾਈਏ। ਉਹ ਮੋਰਾ ਵਾਲੀ ਦੀ ਕੁੜੀ ਹੈ ਨਾ, ਨਸੀਬ ਕੌਰ, ਜਿਹੜੀ ਆਪਣੀ ਗੁੱਡੀ ਦੀ ਭਰਜਾਈ ਹੈ, ਬਹੁਤ ਹੀ ਨੇਕ ਕੁੜੀ ਹੈ। ਮੈਨੂੰ ਇੱਕ ਵਿਆਹ 'ਚ ਮਿਲੀ ਸੀ। ਉਹ ਝੂਠ ਨਹੀਂ ਬੋਲਦੀ। ਇੱਕ ਵਾਰ ਮੈਂ ਉਹ ਤੋਂ ਪੁੱਛਣਾ, ਜੇ ਉਹਨੇ ਕਹਿਤਾ ਤਾਂ ਆਪਾਂ ਰਿਸ਼ਤਾ ਤੋੜ ਦਿਆਂਗੇ। ਬਸ ਇੱਕ ਵਾਰੀ ਮੈਨੂੰ ਪੁੱਛ ਲੈਣ ਦੋਸਤੋ। ਭੈਣ ਜੀ, ਹੁਣ ਕੀ ਆਪਣੇ ਮੂੰਹ ਆਪਣੀਆਂ ਕੁੜੀਆਂ ਬਾਰੇ ਬੁਰਾ ਬੋਲੀਏ? ਕੁੜੀ ਹੈ ਨਹੀਂ ਕਿਸੇ ਦੇ ਕਹਿਣੇ 'ਚ। ਮੇਰੇ ਤਾਂ ਦਿਓਰ ਨੇ ਵੀ ਉਹਦੇ ਮੂਹਰੇ ਹੱਥ ਜੋੜਤੇ। ਤੂੰ ਵੀ ਕੁਛ ਬੋਲਤੀ ਹੈ, ਹੁਣ ਤਾਂ ਬਸ ਗੱਲ ਤੇਰੇ ਕਹਿਣ 'ਤੇ ਖੜੀ ਹੈ। ਜੀ, ਬੀਜੀ ਜੋ ਕਹਿ ਰਹੇ ਨੇ ਸੱਚ ਹੀ ਹੈ ਜੀ। ਜਾ ਮੇਰੀ ਧੀ, ਰੋਟੀ ਟੋਕ ਕਰੋ ਪੁੱਤ, ਮਿੱਠਾ ਮੁੱਠਾ ਬਣਾ ਲਈ ਕੁਝ, ਹੈ
भैन जी पहली बारी साडे घर आए ने, जा मेरा पुत। बड़ी चंगी धी है जी तुहाडी, असीं ते किस्मत वाले हाँ। मनजिंदर, तेरे बीजी ने उस कुड़ी बारे सब पता कर लिया है। वाकई उहदा चाल चलन ठीक नहीं है। सो असी सारे ने फैसला लिया है कि असी ये रिश्ता तोड़ दिए। ਇਹ ਨਹੀਂ ਜੀ ਹੋ ਸਕਦਾ। ਕਿਉਂ ਨਹੀਂ ਹੋ ਸਕਦਾ? ਅਜੇ ਕਿਹੜੀਆਂ ਲਾਵਾਂ ਹੋਈਆਂ, ਰੁਕਾ ਹੀ ਹੋਇਆ ਅਜੇ। ਚਾਚਾ ਜੀ, ਲੋਕਾਂ ਲਈ ਵਿਆਹ ਲਾਵਾਂ ਫੇਰੇ ਲੈ ਕੇ ਹੁੰਦਾ ਹੋਣਾ। ਮੇਰੇ ਲਈ ਵਿਆਹ ਬੀਜੀ ਉਸੇ ਦਿਨ ਹੋ ਗਿਆ ਸੀ ਜਦੋਂ ਤੁਸੀਂ ਸ਼ਗਨ ਪਾਏ ਆਏ ਸੀ। ਦੇਖਿਆ ਦੇਖਿਆ ਕਿਵੇਂ ਬਕਵਾਸ ਕਰਦਾ। ਇਸੇ ਕਰਕੇ ਇਹਨੂੰ ਪਬਲਿਕ ਸਕੂਲ 'ਚ ਪਾਇਆ ਸੀ ਕਿ ਮਾਂ ਬਾਪ ਨਾਲ ਜ਼ਬਾਨ ਲੜਾਏ। देख बेटा, सानू केड़ा शौक है रिश्ता तोड़न दा। सारी दुनिया उस कुड़ी दे खिलाफ बोल रही है। अखो देखी मक्खी किवें नंगा लई है। पर बीजी, गुड्डी बारे मैनू दुनिया तो पुछण दी लोड़ नहीं। मैनू पता। कन खोल के सुन ले मनजिंदर सिंह, जे तू उस कुड़ी नाल व्याह करन बारे सोचिया भी तां मैं अपने आप नू गोली मार लांगा। ओ बस, फिर करी जाई अपनियां मनाईयां। तुसी कन्नू मरना सुखी संधी। ਬੀਜੀ, ਵਿਆਹ ਤਾਂ ਮੈਂ ਗੁੱਡੀ ਨਾਲੇ ਕਰਾਉਣਾ, ਇਹ ਗੱਲ ਸਮਝ ਲਓ ਤੁਸੀਂ। ਓਏ ਓਏ, ਅਸੀਂ ਤੇਰਾ ਇਸ਼ਕ ਦੇਖੀਏ ਜਾਂ ਆਪਣੀ ਇੱਜ਼ਤ? ਤਫਾ ਹੋ ਜਾਏ ਤੂੰ, ਤਫਾ ਹੋ ਜਾ, ਆਈ ਸੇ ਕੱਟ ਲਾਸਟ। ਓ ਤੁਸੀਂ ਬੈਠੋ ਜੀ, ਜਾ ਜੱਗੀ ਲੈ ਜਾ ਇਹਨਾਂ ਦੇ ਕਮਰੇ 'ਚ। ਚੱਲ ਮਨਜਿੰਦਰ, ਆਪਾਂ ਬਹਿ ਕੇ ਗੱਲ ਕਰਦੇ। ਬੈਠੋ ਬੈਠੋ, ਗੁੱਸਾ ਨਾ ਕਰੋ, ਬਹਿ ਜਾਓ, ਆਪਾਂ ਬਹਿ ਕੇ ਗੱਲ ਕਰ ਸਕਦੇ। ਬੈਠੋ ਭਾਬੀ ਜੀ, ਬੈਠੋ। भाई रेडियो ही चला लां यार। मनजिंदर, एक गल कहा, जिन्ना क तू उस कुड़ी नू जानदा है तकरीबन उन्ना की मैं जानदा। मन्निया कि तेरी होने वाली घर वाली है मेरी भाभी है, जिन्ना क तू उन्हू मिलिया उन्ना क मैं भी मिलिया। पर यार हुण सारी दुनिया कह रही है, उहदी भरजाई ने भी कहता, और तां होर ताया जी हुरी भी कह रहे ने। जे यार सच पुछे ना, हुण मेरे मन नूं भी लगन जे लग गया बई ओ। पर यार तेनू इहो जिहा की दिस रहा है जो मैनू नहीं दिस रहा? जग्गी सिया, जिहड़ा अपना दिल है ना,
ਪਾਬੇ ਅੱਜ ਸੁਣ ਕੇ ਜਾਈ ਤੈਨੂੰ 2 ਦਿਨ ਹੋ ਗਏ ਲਾਰੇ ਲਾਉਂਦੀ ਨੂੰ ਗੁੱਡੀ ਪਾੜ ਚੱਲ ਪਾੜ ਪਿਆਰੀ ਗੁੱਡੀ ਉਮੀਦ ਹੈ ਤੂੰ ਠੀਕ ਹੈ ਘਰ ਵਿੱਚ ਸਭ ਠੀਕ ਠਾਕ ਹੈ ਵਿਆਹ ਦੀ ਤਿਆਰੀ ਹੋ ਰਹੀ ਹੈ ਮੇਰੇ ਤੋਂ ਹੁਣ ਤੇਰਾ ਵਿਛੋੜਾ ਬਰਦਾਸ਼ਤ ਨਹੀਂ ਹੁੰਦਾ ਭਾਬੀ ਜਿਹੜੇ ਚੱਜ ਦੇ ਸ਼ਬਦ ਹੁੰਦੇ ਨੇ ਉਹ ਚ ਤਾਂ ਇਹ ਗੁਣ ਗੁਣ ਕਰਨ ਲੱਗ ਜਾਂਦੀ ਆ ਮੈਡਮ ਫਿਰ ਤੂੰ ਪੜ ਲਾ ਤੂੰ ਹਰ ਵਕਤ ਮੇਰੇ ਖਾਬਾਂ ਵਿੱਚ ਰਹਿੰਦੀ ਹੈ ਮੇਰਾ ਜੀ ਕਰਦਾ ਹੈ ਭਾਬੀ ਬਈ ਖਾਬ ਮਾਣੇ ਸੁਪਨਾ ਹੁੰਦਾ ਨਾ ਹਾਂ ਗੁੱਡੀ ਸੁਪਨੇ ਮੇਰਾ ਜੀ ਕਰਦਾ ਮੈਂ ਉੱਡ ਕੇ ਆ ਜਾ ਇਸ ਪੂਰੀ ਦੁਨੀਆ ਤੇ ਹੁਣ ਤੇਰੇ ਤੋਂ ਕੀਮਤੀ ਹੋਰ ਕੁਝ ਵੀ ਨਹੀਂ ਇਸ ਘਰ ਵਿੱਚ ਭਾਬੀ ਸੱਚੀ ਦੱਸਾਂ ਮੈਂ ਵੀ ਸਾਰਾ ਦਿਨ ਇੰਨਾ ਵਾਰੀ ਸੋਚਦੀ ਰਹਿੰਦੀ ਹਾਂ ਮੈਨੂੰ ਆਪਣਾ ਪਿੰਡ ਨਾ ਆਪਣਾ ਲੱਗਦਾ ਹੀ ਨਹੀਂ ਹੁਣ ਮੈਨੂੰ ਲੱਗਦਾ ਵੀ ਮੈਂ ਨਰੈਣਗੜ੍ਹ ਚਲੀ ਜਾਵਾਂ ਜਿੰਨੀ ਛੇਤੀ ਹੋ ਸਕਦਾ ਇਸ ਘਰ ਵਿੱਚ ਸਭ ਨੂੰ ਤੇਰਾ ਬਹੁਤ ਇੰਤਜ਼ਾਰ ਹੈ ਤੂੰ ਜਲਦੀ ਇਸ ਘਰ ਦੀ ਰੌਣਕ ਬਣ ਕੇ ਆ ਜਾ ਤੇਰਾ ਮਨਜਿੰਦਰ ਭਾਬੀ ਮੈਨੂੰ ਇੱਦਾਂ ਲੱਗਦਾ ਕਿ ਇਹ ਨਾ ਮੈਨੂੰ ਰਾਣੀਆਂ ਵਾਂਗੂ ਰੱਖਣਗੇ ਵੀ ਮੈਂ ਇਹਨਾਂ ਦੇ ਘਰ ਜਾ ਕੇ ਨਾ ਬੜੀ ਖੁਸ਼ ਰਹੂੰ ਭਾਬੀ ਤੂੰ ਠੀਕ ਆ ਭਾਬੀ ਹਾਂ ਗੁੱਡੀ ਠੀਕ ਆ ਭਾਬੀ Thank you.
ਪਿਆਰਾਂ ਦੇ ਫੈਸਲੇ ਤਾਂ ਜਜ਼ਬਾਤਾਂ ਨਾਲ ਹੀ ਹੁੰਦੇ ਨੇ, ਦਿਮਾਗ ਨਾਲ ਤਾਂ ਸੌਦੇ ਕੀਤੇ ਜਾਂਦੇ। ਪਾਪਾਂ ਦੀਆਂ ਗਠੜੀਆਂ ਬੰਨ ਕੇ ਗੁਰੂ ਘਰ ਆ ਕੇ ਨਿਬੇੜੇ ਨਹੀਂ ਆਉਣੇ। ਕੁਛ ਨਹੀਂ ਜਾਣਦੀ ਜੀ, ਮੈਨੂੰ ਕੁਛ ਨਹੀਂ ਪਤਾ। ਜਿਸ ਰੱਬ ਨੂੰ ਤੁਸੀਂ ਇੱਥੇ ਧਿਆਉਣ ਆਏ ਸੀ ਉਹਦੀ ਹਜ਼ੂਰੀ 'ਚ ਦੱਸੋ, ਤੁਸੀਂ ਜੋ ਗੁੱਡੀ ਬਾਰੇ ਕਿਹਾ ਉਹ ਸੱਚ ਆ? ਤੁਹਾਡੇ ਬੀਜੇ ਇੱਕ ਵਾਰੀ ਆ ਕੇ ਮੈਨੂੰ ਸਾਰਾ ਕੁਛ ਪੁੱਛ ਚੁੱਕੇ ਨੇ, ਬਾਰ ਬਾਰ ਉਹੀ ਗੱਲ ਨੂੰ ਦੁਹਰਾਉਣ ਦਾ ਕੀ ਫਾਇਦਾ? ਮੇਰੀ ਗੁੱਡੀ ਨਾਲ ਕਦੇ ਕੋਈ ਬਹੁਤੀ ਜ਼ਿਆਦਾ ਗੱਲ ਨਹੀਂ ਹੋਈ, ਉਹਨੇ ਸਿਰਫ ਮੈਨੂੰ ਦੋ ਚਿੱਠੀਆਂ ਲਿਖੀਆਂ। ਉਹਨਾਂ ਚਿੱਠੀਆਂ 'ਚ ਉਹਨੇ ਜ਼ਿਕਰ ਕੀਤਾ ਕਿ ਮੇਰੀ ਭਾਬੀ ਦਾ ਸੁਭਾਅ ਸੰਤਾਂ ਵਰਗਾ। ਉਹ ਤੁਸੀਂ ਸੀ ਜਾਂ ਇਹ ਤੁਸੀਂ? ਮੈਂ ਸਿਰਫ ਇੰਨਾ ਜਾਣਦੀ ਹਾਂ, ਮੈਂ 5 ਸਾਲਾਂ ਦੀ ਸੀ ਜਦੋਂ ਮੇਰੇ ਬਾਪੂ ਜੀ ਤੁਰ ਗਏ। ਉਸ ਦਿਨ ਤੋਂ ਚਾਚਾ ਜੀ ਨੇ ਮੈਨੂੰ ਪਾਲਿਆ, ਹੁਣ ਚਾਚਾ ਜੀ ਉਹ ਮੇਰੇ ਬਾਪ ਨੇ। ਉਹਨਾਂ ਦਾ ਹੁਕਮ ਮੰਨਣਾ ਮੇਰਾ ਫਰਜ਼ ਆ। ਜੇ ਤੁਹਾਡਾ ਚਾਚਾ ਵਾਕਈ ਤੁਹਾਡਾ ਬਾਪ ਬਣਿਆ ਹੁੰਦਾ ਤਾਂ ਕੋਈ ਐਸਾ ਹੁਕਮ ਨਾ ਸੁਣਾਉਂਦਾ ਜੋ ਤੁਹਾਨੂੰ ਤੁਹਾਡੀਆਂ ਹੀ ਨਜ਼ਰਾਂ ਤੋਂ ਗੇਰ ਦੇਵੇ। ਤੇਰਾ ਬਹੁਤ ਸੋਹਣਾ। ਬੀਜੀ, ਬਾਪੂ ਜੀ ਦੇ ਜਾਣ ਤੋਂ ਬਾਅਦ ਤੁਸੀਂ ਤਾਂ ਕਦੇ ਘਰੋਂ ਹੀ ਨਹੀਂ ਨਿਕਲੇ, ਅੱਜ ਕਿਵੇਂ ਆ ਗਏ? ਰਾਤ ਮੈਨੂੰ ਸੁਪਨਾ ਆਇਆ ਤੂੰ ਨਿੱਕੀ ਜਿਹੀ ਮੇਰਾ ਹੱਥ ਫੜੀ ਤੁਰੀ ਜਾ ਰਹੀ ਹੈ।
बड़ा ही सोहना ते पतरा रा सी। फिर तू मेरा हाथ छड़ के कन्ने दे रोड़े वाले राह तुर पे। फिर मेरा सुफना टूट गया। मैनू तेरी बड़ी फिक्र हो रही सी, इसलिए मैं सवेर की पहली बस फड़ के तेरे कोल आ गई। सच दस, तू कि गलत राह तो नहीं तुर पई? मैं पीजी दे कहे थे कुटी दा रिश्ता तड़वा दिता। जे तेरी सस तेरे तो रुस गई तो तू चार दिन दुखी होएंगी, पर जे तेरा रब तेरे तो रुस गया तो तू हमेशा दुखी रहना। चाचा जी ने तो कहा सी कि हुण मेरी सस की अकल ही मेरे लिए मेरे रब का हुक्म है। रब का जेकर कोई सच्चा सास है तेरा अपना दिल है, वो आवाज जदों भी आएगी तेरे आप दे दिल तो आऊगी, किसी होर की अकल चो नहीं। पीछे जे मैं अपनी सस के मुताबिक ना चली तो मैं जमा ही उजड़ जाना। ये दुनिया एक मुसाफिर खाना है जिथे आत्मा परमात्मा नू पालन ले आंदी है, ते एक समय बाद उन्हें वापस चले जाना है। सदा इत्थे किसी ने नहीं रहना, जो रब नू भुल गईयां ने वो व्याहियां होके भी उजड़ गईयां ने, ते जिन्हां ने रब नू याद रखिया वो विधवा होके भी वस गईयां ने। ते मैं चाहनी हाँ तू हमेशा वसे। जय बाबिया दी मेरा कर दे, मेरा कर दे जटावा वाले बरकत पा दे, घड़ोले भर दे, गांडिया का शरीका का पीड़ा गर्क कर दे बाबा, मेरा कर दे, मेरा कर दे। बीजी मैं जा रही हूँ। मैं जा रही हूँ। कितने जा रही है ने तू? आपकी गलती सुधारन। दिमाग सही है तेरा, डर डर तो रुल जाएगी, भीख मंगती फिरेंगी लोगों तो, नहीं तेरे चाचे ने भी नहीं रखना हूं तो तेनू, तो तेरी माँ तेन कितों सामभूगी। गल सुन मेरी, सोच समझ के दिल पार करी, मैं तेन दसा इस दिल तो एक बार कीड़ी भी बाहर निकल जाए ना, मैं कभी दोबारा ओनू अंदर नहीं वड़न दिता। तू कहती पानी हारिया नी, तू तो तेरी माँ रुल जाऊगी, दोवे जानिया कहे ना नहीं सामना तेनू। सामन वाला परमात्मा आप आ बीजी, पहला भी तो सानू उन्हें ही सामिया।
सच्ची मेरे तो मन का बोझ ही लथ गया। शाबाश बेटा, मैं तेरे बारे सुनिया जरूर सी पर अज जान लिया है। जीवंदी बसती रह पुत्र, तू वाकई एक पाक रूह है। शाबाश बेटा, शाबाश है मुड़िया। मैनू माण है तेरे ते, खुश है ना मेरा पुत्र कि तू मेरा रिश्तेदार बनन लगा है। सरदारनी जी, बलवंसिया तैयारी खिंचो बई, आपां ने सौली बरात लेके जाना है। हुण तो ठीक है ना। ਤੀਵੀਂ ਦੇ ਥੱਲੇ ਲੱਗ ਕੇ ਮਾਪਿਆਂ ਦੇ ਸਿਰ 'ਚ ਖੇਹ ਪਵਾ ਕੇ ਆ ਗਿਆ, ਤੈਨੂੰ ਸ਼ਰਮ ਨਹੀਂ ਆਈ? ਵਗ ਜਾ ਇੱਥੇ ਜਿੱਥੋਂ ਆਇਆ। ਤੂੰ ਖਬਰਦਾਰ, ਮੇਰੀ ਦੇਹੜੀ ਨਾ ਲੱਗੀ, ਮੈਂ ਤੈਨੂੰ ਦੱਸਦਾ। ਖੜ ਜਾ, ਉੱਥੇ ਮੁੜ ਜਾ ਜਿੱਥੋਂ ਆਈ ਹੈ, ਚੱਲ ਆਪਣੇ ਮਾਪਿਆਂ ਦੇ ਘਰ। ਮੈਂ ਦਿੰਦੀ ਹਾਂ ਤੈਨੂੰ ਧਨੇਸੜੀ, ਆਵਾਜ਼ਾਂ ਕਰਦੀ ਹੈ, ਆਵਾਜ਼ਾਂ ਕਰਦੀ ਹੈ। ਸ਼ਾਬਾਸ਼ ਤੈਨੂੰ, ਫਸੀ ਫਸੀ ਤੂੰ ਇਹਦੇ ਪਿੱਛੇ ਲੱਗ ਕੇ ਮੇਰੇ ਕੁੱਟਣ ਲੱਗ ਪਈ। ਹਾਏ, ਮੈਂ ਮਰ ਗਈ, ਮੈਂ ਮਰ ਗਈ, ਮੈਂ ਮੇਰੇ ਸਿਰ ਦੇ ਖੰਡ ਕਰਦੀ ਹੈ। ਕੀ ਹੋ ਗਿਆ? अपनी गुड्डी दी सारे पिंड च बदनामी करदी फिरदी है, सारे जगत बदनाम करता। तुम तो लाउंदी है ना, वो तेरी धी नहीं है। साडी धी ते तुम तो लाउंदी फिरदी है। बापू मैं बनाउणा तैनू पंती। अपनी धी ते इल्जाम लाया, हट। वो भी किसे दी धी है, तेरी घर वाली है, मर्यादा भी तो कोई चीज होती है। करो कट के छड़ना। परे हटा, जेड़ा 24 घंटे गुस्सा जा अपने नक ते बिठाई रखदा ना, इनू जरा काबू च रखा कर। बड्डा पंचायती कुड़िया लिया इनू अंदर। चला तू चल भाई अंदर, हद होगी। न्याणे आ जा, हुण मैं कहीं नहीं रखदी। पहला करतूता करदी है, हुण मुंह बना के खड़ी है। आ जा हुण। मासी, मासी जी, नाले आप दुखी होई है, नाले सानू दुखी कीता। जा, जे तेरे ती हुंदी ता तू एही जे कुतुता करदी। मेनू माफ कर दे मासी जी, मैं हंकार ही गई सा, तो गलती हो गई। हुंडी करदी, हुंडी करदी, हुंडी करदी। चंगा कीता माफ, चल खड़ी हो मेरी ती। इधर आओ भाई, आ जाओ हुण। चल उठ, उठ, मासी बोलिए। चल मेरी सुन लो गल, कुड़ी दा करना ब्याह ते सांझे घर विच करना, ते कंध दे उठा।
ਭੈਣੇ ਚੰਤ ਬਰਾਤ ਕਿਵੇਂ ਆਉਂਗੀ ਚੰਤਾ ਨਿਕਲੀ ਨਹੀਂ ਕੋਈ ਨਾ ਪੁੱਤ ਚੰਤ ਤੇਰੀ ਬਰਾਤ ਲੈ ਕੇ ਆ ਜਾਾਂਗੇ ਨਹੀਂ ਕੁੜੀਓ ਕੀ ਹੇੜੇ ਲਾਈ ਆ ਛੇਤੀ ਕਰੋ ਚੰਤਾ ਬਾਗੂਰੇ ਆ ਗਈ ਆ ਗਏ ਬੁੱਬੇ ਹਾਂ ਭਾਈ ਓ ਮਾਸੀ ਜੀ ਆ ਗਏ ਮਾਸੀ ਜੀ ਕੋਲੋਂ ਸਲਾਹ ਲੈ ਲਾ ਮਾਸੀ ਜੀ ਮੈਨੂੰ ਇਹ ਦੱਸੋ ਵੀ ਪੇਟੀ ਖਲਾਈ ਦਾ ਸੂਟ ਨਣਨ ਨੂੰ ਆਪਾਂ ਆ ਲਾ ਦਈਏ ਕੁੜੇ ਫੋਟ ਕੱਲ ਤਾਂ ਦੁਹਰਾ ਸੂਟ ਕਹਿੰਦੀ ਸੀ ਬਹੂ ਆਹੋ ਸਰ ਤੁਹਾਨੂੰ ਮੈਂ ਹਰਾ ਵੀ ਦਿਖਾ ਦਿੰਨੀ ਆ ਦੇਖ ਲਿਓ ਜਿਹੜਾ ਵੀ ਤੁਹਾਨੂੰ ਪਸੰਦ ਆ ਦੱਸ ਜਿਆਦਾ ਸੋਹਣਾ ਵਾ ਲਾਲ ਨਾਲੋਂ ਮੈਂ ਤੇ ਆ ਕੇ ਦੱਸਣਾ ਤੂੰ ਆਹੋ ਉਹਨਾਂ ਦਾ ਲਈ ਕੰਮ ਜਾ ਜਿਆਦਾ ਆ ਦਾ ਹਲਵਾਈ ਆ ਬਰਾਤ ਦਾ ਤਾਂ ਟਾਈਮ ਹੋ ਗਿਆ ਪਹੁੰਚਣ ਦਾ ਪਤਾ ਤਾਂ ਕਰੋ ਕਿੱਥੇ ਤੱਕ ਪਹੁੰਚੇ ਉਹ ਪਤਾ ਕਰ ਲਿਆ ਬਰਾਤ ਆ ਜਾਂਦੀ ਆ ਤੁਸੀਂ ਅੰਦਰਲੇ ਕੰਮ ਵਿੱਚ ਲੈ ਆਪੋ ਸ਼ਾਬਾਸ਼ 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 ਬੋਗੀ ਉੱਠ ਗਈ ਦੇਖੀ ਬਰਾਤ ਤੇ ਪਹੁੰਚੀ ਕੁੜੇ ਤੂੰ ਕੋਈ ਕੋਠੀ ਕੱਢੀ ਪਾ ਉਹ ਬੀਬਾ ਤੂੰ ਮਠਿਆਈ ਨਾ ਮੈਂ ਦੀ ਤੈਨੂੰ ਦੱਸਾਂ ਪਾਪੀ ਬਰਾਤ ਆ ਗਈ अहंकार दे रास्ते सदा ही सुखाले ते छोटे नजर आउंदे हन पर आखर ये रास्ते ही रह जांदे ने इन्हां दी कदे कोई मंजिल नहीं आउंदी दिल दी आवाज दा रास्ता चाहे जिन्ना भी औकड़ा भरिया ते लंबा नजर आवे पर इस रस्ते दा अपने मुसाफिर नाल इक वादा है खूबसूरत मंजिलों ते ले जाना इस कहानी का हर किरदार इस घड़ी तो बाद खुशियां हासे मानता रहा पर विद्या पढ़ाई की सहु खाने वाली निक्की 8वीं चो 3 बार फेल हो गई ते स्कूलों हट गई।